ਸਤਿ ਸ਼੍ਰੀ ਅਕਾਲ, ਮੈਂ ਸੋਮ ਸਹੋਤਾ। ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਤੌਰ 'ਤੇ ਕਾਲੇ ਝੰਡੇ ਹੱਥਾਂ ਵਿੱਚ ਫੜ ਕੇ ਵਿਰੋਧ ਜਤਾਇਆ ਜਾ ਰਿਹਾ ਹੈ। ਪਿਛਲੇ ਦਿਨੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦਿੱਤੀ ਗਈ ਸੀ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਕਾਇਦਾ ਤੌਰ 'ਤੇ ਸਿੱਖ ਮਸਲਿਆਂ ਦੇ ਵਿੱਚ ਬਕਾਇਦਾ ਤੌਰ 'ਤੇ RSS ਦੀ ਸ਼ੈ ਜਿਹੜੀ ਹੈ ਉਹ ਸਾਫ ਸਾਫ ਨਜ਼ਰ ਆ ਰਹੀ ਹੈ। ਇਸ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਸਾਹਿਬ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਅਤੇ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਨੇ ਇਹ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ। ਕਿ RSS ਦੇ ਜਿਹੜੇ ਹੱਥ ਆ ਉਹ ਅੱਜ ਮਨੋਰਟੀ ਕਮਿਊਨਿਟੀ ਦੇ ਗਲੇ ਨੂੰ ਪੈ ਰਹੇ ਆ ਔਰ ਪਿੱਛੇ ਉਹਨਾਂ ਦੇ ਮੁਖੀ ਵੱਲੋਂ ਇਹ ਬਿਆਨ ਕਿ ਇਸ ਭਾਰਤ ਵਰਸ਼ ਜਿਹੜਾ ਵੀ ਜੰਮਦਾ ਹਿੰਦੂ ਜੰਮਦਾ, ਕਿਸੇ ਨੇ ਉਹਦੇ ਉੱਤੇ ਕੋਈ ਕਟਾਕਸ਼ ਨਹੀਂ ਕੀਤੀ, ਸਾਰਿਆਂ ਨੇ ਇਸ ਗੱਲ ਨੂੰ ਜਿੱਦਾਂ ਮੰਨ ਲਿਆ ਹੁੰਦਾ ਇੱਦਾਂ ਚੱਲਿਆ। ਸਿੱਖ ਕੌਮ ਜਿਹੜੀ ਇਹਦੀ ਹੈ ਵੱਖਰੀ ਪਹਿਚਾਣ, ਅਡਰੀ ਪਹਿਚਾਣ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਖ ਪੰਥ ਦੀ ਇਹ ਨਿੱਗਰ ਪੈੜਾਂ ਪਾ ਕੇ ਇਹਦੀ ਵਿਲੱਖਣਤਾ ਵੀ ਵੱਖਰੀ, ਇਹਦੇ ਸਾਰੇ ਜਿਹੜੇ ਕਾਰਜ ਉਹ ਵੀ ਇਸ ਧਰਤੀ 'ਤੇ ਵੱਖਰੇ ਆ। ਗੁਰੂ ਸਾਹਿਬ ਨੇ ਕਿਰਪਾ ਬਖਸ਼ਿਸ਼ ਕਰਕੇ ਦਸਮ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਜਿਹੜੇ ਬਾਕੀ ਧਰਮਾਂ ਦੇ ਵਿੱਚ ਪ੍ਰਚਲਿਤ ਪ੍ਰਥਾ ਨਹੀਂ ਗਈ। ਸੋ ਸਾਰੇ ਮੁੱਢਲੇ ਸਿਧਾਂਤ ਸਾਡੇ ਦੱਬੇ ਅਤੇ ਲਤਾੜੇ ਲੋਕਾਂ ਨੂੰ ਇੱਕ ਲੜੀ ਦੇ ਵਿੱਚ ਪਰਾਉਣਾ, ਜਿਹੜੀ ਘੱਟ ਗਿਣਤੀ ਆ ਉਹਨੂੰ ਨਾਲ ਰੱਖਣਾ, ਪਰ ਅੱਜ ਉਹਨਾਂ ਦੇ ਹਿੱਤਾਂ ਨੂੰ ਸੱਟਾਂ ਮਾਰੀਆਂ ਜਾ ਰਹੀਆਂ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੇ ਤੌਰ 'ਤੇ ਇੱਕ ਵੱਡਾ ਰੋਸ ਮਾਰਚ ਇਹ ਉਹਨਾਂ RSS ਦੇ ਜਿਹੜੇ ਹੱਥ ਵੱਧ ਕੇ ਮਨੋਰਟੀ ਕਮਿਊਨਿਟੀਜ਼ ਦੇ ਗਾਲ ਵਾਲ ਨੂੰ ਪੈ ਰਹੇ ਆ ਉਹਦੇ ਲਈ ਅਸੀਂ ਵੱਡਾ ਜਿਹੜਾ ਆ ਇਹ ਅੱਜ ਰੋਸ ਧਰਨਾ ਜਿਹੜਾ ਆ ਉਹ ਡਿਪਟੀ ਕਮਿਸ਼ਨਰ ਦੇ ਦਫ਼ਤਰ 'ਤੇ ਜਾ ਕੇ ਉੱਥੇ ਇਹ ਮੈਮੋਰੈਂਡਮ ਦੇ ਰੂਪ ਦੇ ਵਿੱਚ ਜਿਹੜਾ ਆ ਉਹ ਦਿੱਤਾ ਜਾਊਗਾ। ਸੋ ਆਪ ਜੀ ਦੇਖ ਰਹੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨਫੋਰਮੇਸ਼ਨ ਦਫ਼ਤਰ ਸ੍ਰੀ ਦਰਬਾਰ ਸਾਹਿਬ ਤੋਂ ਰੋਸ ਮਾਰਚ ਆਰੰਭ ਹੋ ਚੁੱਕਾ ਹੈ। ਰੋਸ ਮਾਰਚ ਹਰਿਆਣਾ ਗੁਰਦੁਆਰਾ ਐਕਟ ਦੇ ਵਿਰੋਧ ਦੇ ਵਿੱਚ ਕੱਢਿਆ ਜਾ ਰਿਹਾ ਹੈ ਕਿਉਂਕਿ ਸਿੱਧਾ ਸਿੱਧਾ ਇਹ ਗੁਰਦੁਆਰਾ ਐਕਟ ਦੀ ਉਲੰਘਣਾ ਹੈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਿੰਦਰ ਸਿੰਘ ਧਾਮੀ ਜੀ ਉਹਨਾਂ ਵੱਲੋਂ ਪਹਿਲਾਂ ਸੰਬੋਧਨ ਕਰਕੇ ਦੱਸਿਆ ਗਿਆ, ਹੁਣ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ ਜੀ। ਸਰ ਅੱਜ ਤੁਸੀਂ ਦੇਖ ਰਹੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਧਾਨ ਜੀ ਦੀ ਅਗਵਾਈ 'ਚ ਅਤੇ ਮੁਲਾਜ਼ਮ ਜਿਹੜਾ ਇਹਨਾਂ ਦੇ ਚਿਹਰੇ 'ਤੇ ਇੱਕ ਜਲਾਲ ਹੈ, ਇੱਕ ਰੋਸ ਹੈ, ਇੱਕ ਰੋਹ ਹੈ, ਇਹ ਇਸ ਗੱਲ ਦਾ ਪ੍ਰਤੀਕ ਆ ਕਿ ਜਿਹੜਾ ਹਮਲਾ ਕਿਨਾ ਇਸ ਟਾਈਮ ਭਾਜਪਾ ਕਰ ਰਹੀ ਆ ਜਿਹਦੇ 'ਚ ਮੁੱਖ ਰੋਲ RSS ਦਾ, ਉਹ ਸਿੱਖਾਂ ਦੀਆਂ ਸਿੱਖਾਂ ਦੀ ਸ਼ਕਤੀ ਨੂੰ ਤੋੜਨ ਵਾਸਤੇ ਜਿਹੜਾ ਏਜੰਡਾ ਘੜਿਆ ਉਹਨਾਂ ਨੇ ਇਸ ਗੱਲ ਦੇ ਖਿਲਾਫ਼ ਹੈ। ਉਹ ਸਿੱਧੇ ਤੌਰ 'ਤੇ ਇਸ ਗੱਲ ਨੂੰ ਨਹੀਂ ਕਰ ਰਹੀ, ਉਹਨਾਂ ਨੇ ਕੋਰਟ ਦੇ ਰਾਹੀਂ ਗੱਲ ਕੀਤੀ ਆ ਅਤੇ ਮੈਂ ਕਹਿੰਦਾ ਵੀ ਅੱਜ ਸਿੱਖਾਂ ਦਾ ਪੂਰਨ ਰੂਪ ਦੇ ਵਿੱਚ ਕੋਰਟ ਦੇ ਤੋਂ ਜਿਹੜਾ ਵਿਸ਼ਵਾਸ ਚੁੱਕਿਆ ਗਿਆ। ਜਦੋਂ ਕੋਈ ਸਿੱਖਾਂ ਦੀ ਨਿਆਂ ਦੀ ਗੱਲ ਹੁੰਦੀ ਆ ਉਦੋਂ ਤਾਂ ਕੋਰਟਾਂ ਜਿਹੜੀਆਂ ਫੈਸਲੇ ਕਰਦੀਆਂ ਨੇ, ਅੱਜ ਜਦੋਂ ਕਿ ਇੱਕ ਸੰਵਿਧਾਨਕ ਤੌਰ 'ਤੇ ਸ਼੍ਰੋਮਣੀ ਕਮੇਟੀ 1925 ਐਕਟ ਦੇ ਅਧੀਨ ਬਣੀ ਆ, ਸਾਰਿਆਂ ਨੂੰ ਪਤਾ, ਕੇਂਦਰ ਨੂੰ ਇਸ ਗੱਲ ਦਾ ਪਤਾ, ਅਤੇ ਇੱਕ ਐਸਾ ਫੈਸਲਾ ਕਰਵਾ ਕੇ ਸਾਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਇਹਨੂੰ ਨਿਗਲ ਲਓ। ਅਸੀਂ ਇਹ ਨਿਗਲ ਨਹੀਂ ਸਕਦੇ, ਸਿੱਖ ਜਿਹੜੇ ਆ ਹੁਣ ਇਸ ਟਾਈਮ ਕਿਹਨਾਂ ਮਜ਼ਬੂਤ ਹੋ ਗਏ ਨੇ, ਇਸ ਟਾਈਮ ਲਾਮਬੰਦ ਹੋਣ ਜਾ ਰਹੇ ਨੇ, ਆਉਣ ਵਾਲੇ ਦਿਨਾਂ 7 ਤਰੀਕ ਦਾ ਜਿਹੜਾ ਇੱਕ ਰੋਹ ਹੋਏਗਾ ਉਹ ਆਪਣੇ ਆਪ ਦੇ ਵਿੱਚ ਕਮਾਲ ਹੋਏਗਾ। ਇਸ ਤੋਂ ਬਾਅਦ ਦੁਨੀਆ ਦੇ ਕੋਨੇ ਕੋਨੇ ਵਿੱਚ ਇਹ ਗੱਲ ਜਾਏਗੀ ਕਿ ਜਿਹੜੇ ਹਾਲਾਤ ਇਹਨਾਂ ਨੇ ਪੈਦਾ ਕਰਤੇ ਆ ਇਸ ਕਹਿੰਦੇ ਹਿੰਦੁਸਤਾਨ ਸਿੱਖਾਂ ਵਾਸਤੇ ਉਹ ਬਹੁਤ ਮਾੜੇ ਨੇ। ਅਸੀਂ ਇਹ ਗੱਲ ਵਾਰ ਵਾਰ ਕਹਿੰਦੇ ਹਾਂ ਕਿ ਕਾਂਗਰਸ ਨੇ ਕਾਲ ਤੱਕ ਸਾਨੂੰ ਢਾਇਆ ਸੀ, ਇਹ ਜਿਹੜੀ ਭਾਰਤੀ ਜਨਤਾ ਪਾਰਟੀ ਆ ਇਹਦੀ RSS ਜਿਹੜੀ ਅੱਗੇ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਰਹੀ ਆ, ਇਹ ਵੀ ਉਸ ਤੋਂ ਘੱਟ ਨਹੀਂ ਹੈਗਾ। ਸੋ ਇਸ ਗੱਲ ਦੇ ਖਿਲਾਫ਼ ਸਿੱਖ ਜਿਹੜੇ ਆ ਇਕੱਠੇ ਹੋ, ਮੈਂ ਕਹਿ ਦਿਆਂ ਇੱਕ ਇਹ ਵੀ ਗੱਲ, ਬੜਾ ਭੁਲੇਖਾ ਪਾਇਆ ਜਾ ਰਿਹਾ ਕਿ ਸਿਆਸੀ ਤੌਰ 'ਤੇ ਕਿਸੇ ਪਾਰਟੀ ਦਾ, ਇਹ ਪਾਰਟੀ ਦਾ ਕੋਈ ਮਸਲਾ ਨਹੀਂ, ਸਿੱਖਾਂ ਦਾ ਮਸਲਾ, ਸਿੱਖਾਂ ਦੀ ਅਣਖ ਦਾ ਮਸਲਾ। ਜਦੋਂ ਸਿੱਖ ਆਪਣੀ ਅਣਖ ਦਾ ਮਸਲਾ ਆ ਜਾਂਦਾ ਤਾਂ ਸਾਰੇ ਧੜੇ ਆਪਸੀ ਵੱਖਰੇ ਮੇ ਛੱਡ ਕੇ ਖੜ੍ਹੇ ਹੋ ਜਾਂਦੇ ਆ। ਅਤੇ ਮੈਂ ਸਰਕਾਰ ਨੂੰ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਆਉਣ ਵਾਲਾ ਸਮਾਂ ਤੁਹਾਡੇ ਵਾਸਤੇ ਬੜਾ ਚੁਣੌਤੀਪੂਰਨ ਹੋ ਸਕਦਾ, ਕਿਉਂਕਿ ਤੁਸੀਂ ਸਿੱਖਾਂ ਦੀ ਜਿਹੜੀ ਸ਼ਕਤੀ 'ਤੇ ਜਦੋਂ ਹਮਲਾ ਕੀਤਾ, ਉਸ ਹਮਲੇ ਤੋਂ ਬਾਅਦ ਤੁਹਾਡੇ ਇਸ
ਕਹਿੰਦੇ ਹੁੰਦੇ ਆ ਤੁਸੀਂ ਤਾਂ ਭੂਗੋਲਿਕ ਸ਼੍ਰੋਮਣੀ ਕਮੇਟੀ ਦਾ ਭੂਗੋਲ ਖਰਾਬ ਕੀਤਾ, ਇਸ ਦੇਸ਼ ਦਾ ਭੂਗੋਲ ਖਰਾਬ ਹੋ ਜਾਏਗਾ ਜੋ ਆਉਣ ਵਾਲੇ ਸਮੇਂ 'ਚ ਹਾਲਾਤ ਦੇਖੇਗਾ ਦੇ ਰਹੇ ਸਾਡਾ। देख रहे इस टाइम देख रहे हो श्रोमणी गुरुद्वारा प्रबंधक कमेटी वालों जो रोस मार्च कढ़िया जा रहा है, ये रोस मार्च जिहड़ा इस विच साडे नाल इस वक्त मौजूद ने सकत्तर पब्लिसिटी सरदार कुलिंदर सिंह। वाहिगुरू जी का खालसा वाहिगुरू जी की फतेह। अज वड्डी गिनती दे विच साडा जिहड़ा समूह मैंबर साहिबान सत्कारयोग प्रधान साहब जी की अगवाई विच जिहड़ा इत्थे एकत्र होए आ प्लाजे के बाहर सचखंड श्री हरिमंदर साहब के बाहर गेट पर, और वड्डी गिनती दे विच स्टाफ ते सिख संगत जिहड़ियां ने वो हाजिर ने। समूह सिख संगत दे मनां विच बड़ा भारी रोस है कि सिख शक्ति नूं जिहड़ा वो तोड़न का यतन किया जा रहा, जो कदाचित भी बर्दाश्त नहीं किया जा सकता, और उहदे रोस वजों जिहड़ा अज डीसी साहब अमृतसर नूं जिहड़ा वड्डे गिणती दे विच जिहड़ा उह संगतां जाणगियां जिला कचहरी दे विच जा के जिहड़ा हैगा वह मैमोरेंडम देणगियां, और जिथे हरियाणा सिख गुरद्वारा प्रबंधक कमेटी दे बणन दे विच जिहड़ा रोस आ कि सिख शक्ति नूं तोड़िया जा रहा, उत्थे नाल दी नाल जिहड़ा सिक्खी दे विच जिहड़ा वह बेलोड़ी दखलअंदाजी RSS वल्लों कीती जा रही आ उहदे खिलाफ भी जिहड़ा हैगा उत्थे जिक्र कीता जाएगा। वाहिगुरू जी का खालसा वाहिगुरू जी। वाहिगुरु जी का खालसा वाहिगुरु जी की फतेह। आज जो पिछले दिनों तो भारत की सरकार ने जो श्रोमणी गुरुद्वारा प्रबंधक कमेटी की जो हरियाणा कमेटी सी उन्हों जो वक्री सुप्रीम कोर्ट ने जो मानता दिती उहदे रोस वजों अज श्रोमणी गुरुद्वारा प्रबंधक कमेटी के माणयोग प्रधान साहब जी की अगवाई हेठ अज जो वड्डी पद्धर ते रोस प्रदर्शन जो इतों चल करके जो अमृतसर के डिप्टी कमिश्नर नूं दिता जाएगा जिस दे रोस धक्केशाही के खिलाफ यदा जोड़ा वो चाहती आ भी ये सिख जड़े आ भी वो सड़कों के उत्तर आन, और जिस तरह पिछले समय के सिखा ने बहुत व्डा नुकसान भी उठाया अते सरकार के खिलाफ जो बंदूक भी चक्या सन, मैं समझदा सरकार फिर उन्हों रस्त्या के उत्ते आना चाहती है तो सरकार का जोड़ा सबर तो सिखा का जोड़ा सिदक है उन्होंने परखना चाहती है। सो साड़ी बेनती यही आ भी सरकार ने बहुत बारे अजमा लिया भावें 1947 तो पहला या 1984 तो भी पहला, पर सिख कभी अपने हकों तो कभी पिछे नहीं हटे। सो फिर वो जोड़ा पुराना जोड़ा सीगा सरकार उस तरह ही सिखा उस थान पर खड़ा करना चाहदिया ने। सो साड़ी तो यही है भारत सरकार को बेनती आ कि सिख अमन अमान के नाल रहना चाहते आ, ये जिहड़े अपने इन्हां दे हक आ उन्हां तों इन्हां नूं वांझिया ना किया जाए। श्रोमणी गुरुद्वारा प्रबंधक कमेटी वास्ते बहुत वड्डियां शहीदियां बहुत वड्डे उस वेले यतन किए गए सन जिहड़ी होंद विच आई। श्रोमणी गुरुद्वारा प्रबंधक कमेटी सिखां दी एक बहुत वड्डी संस्था जिहड़ा भारत दे संविधान दे विच बनाई सी। सो अज यही बेनती आ भी श्रोमणी गुरुद्वारा प्रबंधक कमेटी का जिहड़ा माण मत्ता इतिहास आ जिहड़ा भारत सरकार ने एक्ट के 1924 ते 1966 के विच जिहड़ा लियांदा सीगा उहनू उस तरह ही बरकरार रखना चाहीदा। सो हुण ये रोज़ ही जिहड़े हैगे आ भारत सरकार के खिलाफ, मैं समझदा जिन्ना चिर आवाज़ ना आई इस तरह ही रोस मुजाहरे चलते रहेंगे। वाहिगुरू जी का खालसा। ਸਾਡੇ ਨਾਲ ਹਰਿਆਣਾ ਕਮੇਟੀ ਦੇ ਮੈਂਬਰ ਵੀ ਮੌਜੂਦ ਨੇ, ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਜੀ ਸਰ, ਕਿੱਦਾਂ ਤੁਸੀਂ ਕਹੋਗੇ ਜੋ ਇਹ ਹਰਿਆਣਾ ਦਾ ਵੱਖਰਾ ਗੁਰਦੁਆਰਾ ਐਕਟ ਬਣਾਇਆ ਗਿਆ ਕੇਂਦਰ ਦੀ, ਇਹ ਕਿਹੜੀ ਸਾਜਿਸ਼ ਹੋ ਸਕਦੀ ਹੈ ਜਾਂ ਕਿਸ ਕਿਉਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਹੈ 1920 ਚ ਹੋਂਦ ਚ ਆਈ ਔਰ 1925 ਜਿਹੜਾ ਇਹ ਐਕਟ ਜਿਹੜਾ ਲਾਗੂ ਕੀਤਾ ਗਿਆ, ਲੇਕਿਨ ਸ਼ੁਰੂ ਤੁਸੀਂ ਜਦ ਤੋਂ ਦੇਸ਼ ਆਜ਼ਾਦ ਹੋਇਆ ਉਸ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਸਿੱਖਾਂ ਨਾਲ ਵਤਕਰਾ ਕਰਦੀਆਂ ਆ ਰਹੀਆਂ ਨੇ ਔਰ ਉਹਨਾਂ ਨੂੰ ਪਾੜਨ ਦੀ ਜਿਹੜੀ ਨੀਤੀ ਹੈ
ਉਹਦੇ ਤਹਿਤ ਇਹਨਾਂ ਨੇ ਜਿਹੜਾ ਅਲੱਗ ਕਾਨੂੰਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਤੋਂ ਹਟ ਕੇ ਹਰਿਆਣਾ ਦੀ ਜਿਹੜੀ ਉਸ ਸਮੇਂ ਦੀ ਸਰਕਾਰ ਸੀ ਉੱਡਾ ਸਰਕਾਰ ਸੀ ਉਹਨੇ ਇੱਕ ਬਿੱਲ ਲੈ ਆਉਂਦਾ ਜਿਹਦੇ ਬਰਖਿਲਾਫ ਅਸੀਂ ਪਟੀਸ਼ਨ ਵੀ ਪਾਈ ਸੀ। ਅੱਜ ਇਹ ਮਤਲਬ ਕਿ ਸਿਆਸੀ ਤੌਰ 'ਤੇ ਜਿਹੜਾ ਇਹ ਜਿਹੜਾ ਫੈਸਲਾ ਆਇਆ ਅਤੇ ਸਿੱਖਾਂ ਵਿੱਚ ਜਿਹੜਾ ਹੈ ਹਰਿਆਣੇ ਸਿੱਖਾਂ 'ਚ ਇਹਦਾ ਵਿਰੋਧ ਪਾਇਆ ਜਾ ਰਿਹਾ। ਕੁਛ ਕੁਛ ਚਾਹੁੰਦੇ ਜਿਹੜੇ ਆਪਣੇ ਕਾਂਗਰਸ ਦੇ ਜਾਂ ਦੂਸਰੇ ਪਿੱਠੂ ਨੇ ਉਹੀ ਲੋਕ ਅੱਗੇ ਆ ਰਹੇ ਨੇ। ਜਿਹੜਾ ਹਰਿਆਣੇ ਦਾ ਸਾਰਾ ਸਿੱਖ ਹੈ ਉਹ ਇਹਦੇ ਬਰਖਿਲਾਫ ਹੈ ਔਰ ਇਹਨੂੰ ਕਦੇ ਵੀ ਮਨਜ਼ੂਰ ਨਹੀਂ ਕਰਾਂਗੇ ਔਰ ਅਸੀਂ ਇਸ ਨੂੰ ਬਿਲਕੁਲ ਮੁੱਢੋਂ ਨਕਾਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਜੋ ਸੈਂਟਰ ਸਰਕਾਰ ਨੇ ਸੁਪਰੀਮ ਕੋਰਟ ਨੇ ਇਹ ਗਲਤ ਫੈਸਲਾ ਕੀਤਾ, ਸਿੱਖ ਕੌਮ 'ਚ ਵੱਡਾ ਰੋਸ ਹੈ। ਜਿਹੜਾ ਇਹ ਫੈਸਲਾ ਆਇਆ ਕਾਨੂੰਨ ਦੇ 100 ਨੇ 101% ਵਿਰੁੱਧ ਗਿਆ, ਕਿਉਂਕਿ 1925 ਦਾ ਜਿਹੜਾ ਐਕਟ ਹੈ ਉਹ ਇਹ ਇੰਟਰ ਸਟੇਟ ਨੈਸ਼ਨਲ ਜਿਹੜੀ ਇਹ ਬਾਡੀ ਹੈ ਜਿਹਨੂੰ ਇਹ ਇੱਕ ਸਟੇਟ ਨੇ ਕਾਨੂੰਨ ਬਣਾ ਕੇ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਇਹਦੇ ਵਿਰੁੱਧ ਅਖੀਰ ਤੱਕ ਜਿਹੜਾ ਸੰਘਰਸ਼ ਵਿੱਢੇਗੀ। ਸਾਨੂੰ ਆਸ ਹੈ ਗੁਰੂ ਸਾਹਿਬ ਅਤੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਇਹ ਜਿਹੜਾ ਕੋਝਾ ਯਤਨ ਇਹਨਾਂ ਦਾ ਇਹ ਬਿਲਕੁਲ ਖਤਮ ਹੋਏਗਾ। ਸੋ ਅਸੀਂ ਸਿੱਖ ਕੌਮ ਨੂੰ ਵੀ ਮੈਂ ਬੇਨਤੀ ਕਰਦਾ, ਚਾਹੇ ਵਿਰੋਧੀ ਵੀ ਹੋਣ, ਜੇ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਹਾਂ ਤਾਂ ਅੱਜ ਸ਼੍ਰੋਮਣੀ ਕਮੇਟੀ ਦੇ ਪੱਖ 'ਚ ਵੀ ਬੋਲਣਾ ਚਾਹੀਦਾ। ਜੋ ਇਹ ਫੈਸਲਾ ਹੋਇਆ ਨਾ, ਵਿਰੋਧੀਆਂ ਨੂੰ ਵੀ ਇਸ ਚੀਜ਼ ਦੇ ਹੱਕ 'ਚ ਬੋਲਣਾ ਚਾਹੀਦਾ। ਪਤਾ ਸਭ ਨੂੰ ਹੈ, ਜਿਹੜੇ ਵਿਰੋਧੀ ਉਹਨਾਂ ਨੂੰ ਵੀ ਪਤਾ ਵੀ ਇਹ ਕਾਨੂੰਨ ਜਿਹੜਾ ਨਹੀਂ ਬਣਦਾ ਸੀ ਇਹਨਾਂ ਦਾ। ਸੋ ਮੈਂ ਕੌਮ ਨੂੰ ਬੇਨਤੀ ਕਰਦਾ ਕਿ ਇਹਦੇ ਵਿਰੁੱਧ ਆਪਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ। ਖੇੜਾ ਹੋਣਾ ਨੇ ਵੀ ਇਹੀ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਸੋ ਗੱਲ ਉਹੀ ਸਿੱਖ ਸ਼ਕਤੀ ਨੂੰ ਤੋੜਨ ਵਾਲੀ ਇੱਥੇ ਕੀਤੀ ਜਾ ਰਹੀ ਹੈ, ਕਿਉਂਕਿ ਨਾਅਰੇਬਾਜ਼ੀ ਵੀ ਇੱਥੇ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ ਤੇ ਮੈਂਬਰ ਇੱਥੇ ਮੌਜੂਦ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਭਾਜਪਾ ਸਰਕਾਰ ਕੇਂਦਰ ਸਰਕਾਰ ਦਿੱਲੀ 'ਤੇ ਇਸ ਟਾਈਮ ਕਾਬਜ ਆ, ਹਰਿਆਣੇ ਵਿੱਚ ਵੀ ਉਹਨਾਂ ਦਾ ਰਾਜ ਹੋਣ ਕਰਕੇ ਉਹਨਾਂ ਨੇ ਇੱਕ ਬਹੁਤ ਹੀ ਘਟੀਆ ਸਾਜ਼ਿਸ਼ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਕਮੇਟੀ ਜੋ ਕਿ ਸਦਾ ਹੀ ਇਕੱਠੀਆਂ ਰਹਿੰਦੀਆਂ ਆਈਆਂ ਨੇ, ਸਿੱਖ ਕੌਮ ਹਮੇਸ਼ਾ ਇੱਕਜੁੱਟ ਹੋ ਕੇ ਸਾਰੇ ਕਾਰਜ ਕਰਦੀ ਆਈ ਹੈ, ਉਹਨਾਂ ਨੇ ਜੋ ਹਰਿਆਣਾ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਪੰਜਾਬ ਨਾਲੋਂ ਵੱਖਰੇ ਕਰਨ ਦੀ ਸਾਜ਼ਿਸ਼ ਕੀਤੀ ਹੈ, ਇਹ ਬਹੁਤ ਹੀ ਘਟੀਆ ਅਤੇ ਨਾਮੁਰਾਦ ਸਾਜ਼ਿਸ਼ ਹੈ। ਇਸ ਨੂੰ ਸਾਰਾ ਸਿੱਖ ਜਗਤ ਜੋ ਦੇਸ਼ ਵਿਦੇਸ਼ ਵਿੱਚ ਬੈਠੇ ਨੇ, ਜੋ ਪੰਜਾਬ ਹਰਿਆਣਾ ਦਿੱਲੀ ਜਿੱਥੇ ਵੀ ਬੈਠੇ ਨੇ, ਉਹ ਸਾਰੇ ਹੀ ਇਸ ਸਾਜ਼ਿਸ਼ ਨੂੰ ਨਿੰਦ ਰਹੇ ਨੇ। ਸ਼੍ਰੋਮਣੀ ਕਮੇਟੀ ਕਦੀ ਵੀ ਅਜਿਹਾ ਕੰਮ ਨਹੀਂ ਆਉਂਦੇ ਵੀ ਕਿ ਹਰਿਆਣਾ ਦੇ ਸਿੱਖ ਵੀ ਸਾਡੇ ਨਾਲੋਂ ਵੱਖਰੇ ਹੋ ਜਾਣ, ਕਿਉਂਕਿ ਅਸੀਂ ਕਦੀ ਵੀ ਕੋਈ ਵੀ ਕੰਮ ਵੱਖਰੇ ਹੋ ਕੇ ਨਹੀਂ ਕੀਤਾ। ਹਰਿਆਣਾ ਕਮੇਟੀ ਨੂੰ ਹਮੇਸ਼ਾ ਹੀ ਨਾਲ ਲੈ ਕੇ ਚੱਲੇ ਨੇ। ਹਰਿਆਣਾ ਕਮੇਟੀ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹਿੱਸਾ ਰਹੀ ਹੈ ਅਤੇ ਅੰਮ੍ਰਿਤਸਰ ਦਾ ਹਿੱਸਾ ਰਹੇਗੀ। ਸ਼੍ਰੋਮਣੀ ਕਮੇਟੀ ਨੇ ਕਦੀ ਵੀ ਇਹਨਾਂ ਦੇ ਵਿੱਚ ਪਾੜ ਪਾਉਣ ਵਾਲੀਆਂ ਸਾਜ਼ਿਸ਼ਾਂ ਨੂੰ ਨਾ ਕਾਮਯਾਬ ਹੋਣ ਦਿੱਤਾ ਹੈ ਅਤੇ ਨਾ ਹੀ ਕਾਮਯਾਬ ਹੋਣ ਦਿੱਤਾ ਜਾਵੇਗਾ। ਹੁਣ ਅੱਜ ਦਾ ਪ੍ਰੋਗਰਾਮ ਜੋ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸ਼੍ਰੋਮਣੀ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਹਨ, ਉਹਨਾਂ ਨੇ ਬਹੁਤ ਵਧੀਆ ਉਲੀਕਿਆ ਹੈ। ਅਸੀਂ ਜੋ ਮੈਮੋਰੈਂਡਮ ਦੇਣ ਜਾਣਾ ਹੈ, ਸਾਰੇ ਸਮੁੱਚੇ ਸਿੱਖ ਜਗਤ ਵੱਲੋਂ ਅਸੀਂ DC ਸਾਹਿਬ ਦੇ ਦਫ਼ਤਰ ਮੈਮੋਰੈਂਡਮ ਦੇਣ ਜਾ ਰਹੇ ਹਾਂ ਅਤੇ ਜੋ ਇਹ ਕੋਸ਼ਿਸ਼ਾਂ ਸਾਜ਼ਿਸ਼ਾਂ ਹੋ ਰਹੀਆਂ ਨੇ ਅਸੀਂ ਇਹਨਾਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ। ਸਮੂਹ ਸਿੱਖ ਜਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੈ, ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਦੀ ਪ੍ਰਧਾਨਗੀ ਹੇਠ ਅਸੀਂ ਅਗਵਾਈ ਵੀ ਹੇਠ ਜਾ ਰਹੇ ਹਾਂ। ਸ਼੍ਰੋਮਣੀ ਕਮੇਟੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗੀ ਅਤੇ ਹਰਿਆਣਾ ਦੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਨਾਲ ਆ ਕੇ ਹੀ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੋ ਵੱਡੀ ਗਿਣਤੀ ਦੇ ਵਿੱਚ ਸੰਗਤ ਇਕੱਤਰ ਹੋਈ ਪਈ ਹੈ DC ਨੂੰ ਮੈਮੋਰੈਂਡਮ ਦੇਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਦੇ ਵਿੱਚ। ਜੋ ਵਰਤਾਰਾ ਸੈਂਟਰ ਦੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਕੀਤਾ,
वह कतई भी बर्दाश्त नहीं किया जाएगा। श्रोमणी गुरुद्वारा प्रबंधक कमेटी के प्रधान ने यह गल आखी है। साडे नाल मुलाजम भी ने जो इस संघर्ष दे विच सिख संघर्ष दे विच पहला तो विचरदे रहे ने, उन्हां तो भी जाणांगे। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। जी चप्पा चप्पा करके 1947 तो लैके हुण तक दा वर्तारा आ गया ते साडे पल्ले उन्होंने कख नहीं छड्या, की समझदे हो वी किवें दा वर्तारा वापर रहे ते की इहदे च करना चाहीदा? इस देश की एक बदकिस्मती रही है जिन्हें भी कौम ने जिहड़ी कौम ने अणख ते गैरत ते पैर दित्ता है, इतों के हाकम इतों के राज भाग वाले उन्होंने विरुद्ध रहे। इस देश की इज्जत मान मर्यादा सिखा ने बचाई, कोई मेहने वाली गल नहीं। साडा सुभा सीगा किसी की धी भैन की बेइज्जती ना होने देनी, किसी का माल सुभाव ना लुटन देना, अपना समझ के उन्होंने बचाना साडा सुभा सी। असी अपने सुभा से पहरा दिता 18वीं सदी के विच भी, तो अज तक असी यह सारे देश के वास्ते अपनी कुरबानी अथाह दित्तियां। बेशक ये कोई शक नहीं सी, पंजाब एक वखरा देश सी, हिंदुस्तान के नाल इनू अंग्रेजा ने जाण बुझ के एक साजिश के अधीन सम्मिलित किया। 18वीं सदी के महाराजा रणजीत सिंह दी राज दी अंग्रेज सरकार ने मिलावट की हावरत दे बाद एक साजिश के अधीन पंजाब नू हिंदुस्तान का हिस्सा बनाउण दा जतन किया गया। देश आजाद होया, पंजाब देश जिहड़ा वक्खरा सीगा उहदे बावजूद भी इहनू इहदा हक देण दी बजाय इस पंजाब नू अद्धा वढ के पाकिस्तान बनाया गया, हिंदुस्तान बनाया गया, सिखां ने धक्का किया गया। श्रोमणी गुरुद्वारा प्रबंधक कमेटी सिखां दी सरमौर संस्था है, बहुत तकड़ी शक्ति है। इहनू खोरा लाउण वास्ते सरकार ने छाछां रचियां। असीं हमेशा मंग कीती है कि श्रोमणी गुरुद्वारा प्रबंधक कमेटी थां ते एक हिंदुस्तान दा आल इंडिया गुरुद्वारा एक्ट बने, सिखां दी शक्ति वधे। पर सरकार ने वह मनण दी बजाए श्रोमणी गुरुद्वारा प्रबंधक कमेटी दे विच टोटे करने शुरू कर दिते ने। हरियाणा कमेटी जिहड़ी बनाई गई साजिश दे तहत बनाई गई है, असीं इहदी सख्त निंदा करदे हां। सरदार हरजिंदर सिंह जी धामी प्रधान श्रोमणी गुरुद्वारा प्रबंधक कमेटी के सदे ते असीं मुलाजम वखरे तौर ते सिख होण दे नाते इस संघर्ष विच कुदे हां। असीं श्रोमणी गुरुद्वारा प्रबंधक कमेटी के मुखी दे जो इस सिख पंथ की माण शान माण मर्यादा वास्ते जो भी आदेश होएगा वो ते अगे वध के तुरंगे। वाहिगुरू जी का खालसा वाहिगुरू जी की फतेह। जी सो एको ही दर्द है पूरे कौम का कि श्रोमणी गुरुद्वारा प्रबंधक कमेटी को जिहड़ा तोड़न का यतन किया गया है वह सिख पंथ है जिहड़ा बिल्कुल भी बर्दाश्त है जिहड़ा वह नहीं करेगा। प्रधान जी का आदेश है कि सतनाम वाहिगुरु का जाप करते हुए पूरे जाबते दे विच जेड़ा ये मार्च है जो भारत सरकार ने एक वर्तारा पंथ दे नाल वर्ताया है जो कि नहीं है कि नुमाइंदा जथेबंदी है उस तो बाद ही जारी जिहड़ा बर्दाश्त नहीं किया जाएगा जो सेंटर सरकार ने ਬਣੀ ਉਦੋਂ ਵੀ ਮੈਂਬਰਾਂ ਨੂੰ ਦੇ ਕੇ ਮੀਟਿੰਗਾਂ ਕਰਕੇ ਕਮੇਟੀਆਂ ਪ੍ਰੋਟੈਸਟ ਬਲਕਿ ਸ਼ਾਂਤਮਈ ਸੰਘਰਸ਼ ਅਸੀਂ ਪੰਜਾ ਸਾਹਿਬ ਦਾ ਸਾਕਾ ਮਨਾ ਰਹੇ ਹਾਂ। ਕੀ ਆ ਸ਼ਾਂਤਮਈ ਸੰਘਰਸ਼ ਦੀ ਚਰਮ ਸੀਮਾ ਜਿਹੜਾ ਗੁਰੂ ਕੇ ਬਾਗ ਅੱਗੋਂ ਹੱਥ ਨੀ ਚੱਕਣਾ ਡਾਂਗਾ ਮਾਰੀ ਜਾਣ ਇਸ ਮਾਹੌਲ ਵਿੱਚੋਂ ਲੰਘਿਆ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਕਦੇ ਵੀ ਇਹ ਗੱਲਾਂ ਐਵੇਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਗੱਲਾਂ ਹਾਂ ਇਹਲੇ ਗੱਲਾਂ ਸਾਰੀਆਂ ਗੁੰਮਰਾਹ ਕਰਨ ਵਾਲੀਆਂ। ਠੀਕ ਹੈ ਸੋ ਕੀ ਪੰਥ ਦੀ ਜਿਹੜੀਆਂ ਉਹ ਭਾਵਨਾਵਾਂ ਨੇ ਉਸ ਦੀ ਪੂਰੀ ਨੁਮਾਇੰਦਗੀ ਜਿਹੜੀ ਹੁਣ ਕੀਤੀ ਜਾਏਗੀ ਜਾਂ ਸ਼ਬਦਾਂ ਤੱਕ ਹੈ ਜਿਹੜਾ ਉਹ ਸੀਮਤ ਰਹਿ ਜਾਏਗਾ? ਬਿਲਕੁਲ ਪੂਰੀ ਨੁਮਾਇੰਦਗੀ ਕੀਤੀ ਜਾ ਰਹੀ ਆ। ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹ ਵਿਅਕਤੀ ਆ ਜਿਹਨੇ ਆਪਣੇ ਤਨ ਤੇ ਡਾਂਗਾ ਖਾਧੀਆਂ, ਪੁਲਿਸ ਦਾ ਤਸ਼ੱਦਦ ਚੱਲਿਆ ਹੋਇਆ, ਜੇਲ੍ਹਾਂ ਕੱਟੀਆਂ ਹੋਈਆਂ ਅਤੇ ਸੰਘਰਸ਼ ਦੇ ਵੱਡੇ ਸੰਘਰਸ਼ ਦੇ ਵਿੱਚੋਂ ਗੁਜ਼ਰੇ ਹੋਏ ਆ।
इस वास्ते बहुत दृढ़ आगू हथ कमांड है, ये किसी किसी का खतरा नहीं, सिख संघर्ष बहुत उचाइया से जाऊगा तो एक जित प्राप्त करेगा। सो खास तौर के उत्ते स्पष्ट कहना है सरदार अमरजीत सिंह चावला जी का कि जो पंथ नाल वितकरा राजनीतिक तौर पर समाजिक तौर पर किया जा रहा है वह पंथ वालों कदे भी बर्दाश्त है जोड़ा नहीं किया जाएगा, तो अखीर दम तक है जोड़ा वो पंथ वालों संघर्ष से जंग है जी विधी जाएगी भावें वह जिद मर्जी लड़ना पवे। सो खा इसे मुख रखद हो जो रोस मार्च मैमोरेंडम जोड़े मुढ़ले तौर के उत्ते दिए जा रहे हैं उन्हों का कहना है जे इस तो बाद भी जो कोई होर संघर्ष जरा सू विधना पाया वो लाजमी है जोड़ा पंथ विडेगा। वाहेगुरु वाहेगुरु सो वड्डी गिणती दे विच मार्च है जिहड़ा श्रोमणी गुरुद्वारा प्रबंधक कमेटी दे मैंबर साहिबान मुलाजमां वल्लों जिहड़ा ओह कीता जा रहा है, वड्डी गिणती दे विच संगत इस विच शिरकत कर रही है। साडे नाल ओह शख्सियतां भी ने जिन्हां ने पंथ की शुरू तो लैके नुमाइंदगी की है ते संघर्षी रूप दे विच अपनी सेवा जिहड़ी ओह दिंदे रहे ने। सरदार गुरचरण सिंह गरेवाल मैंबर श्रोमणी गुरुद्वारा प्रबंधक कमेटी साडे नाल ने। गरेवाल साहब कोई अज नवी वार्ता नहीं हुई, 47 तो लैके लगातार सिख पंथ नाल हुंदा आ रहा है, किवें इस नूं नजिठण दा जिहड़ा एक्शन प्लान बनाया गया? देखो तुसीं 47 दी गल करदे हो, मैं तां कहिंदा जदों दा खालसे दी साजना होई आ 350 साल तों लैके अज तक कौम नूं बड़ियां वड्डियां चुनौतियां आईआं ते खास तौर ते बुनियादी तौर ते सिधांत नूं चुनौतियां आईआं, संस्थावां नूं चुनौतियां आईआं। सो ये तो अज जी सानू तो इस गल का अफसोस आ कि ये जड़िया संस्थावां जड़िया पार्टियां जेडे देश लई असी काम कीता जिहड़े उत्ते राज कर रहे हैं वह सिखा नूं तोड़न वाल तुर पए ने, जदों कि ये जड्डा रही है सिखा नाल टकराउण दा की मकसद है? सिर्फ ते सिर्फ अपनी कहिंदे हुंदे हिंदू राष्ट्र बनाउण दे राह तुरन दी गल आ, जिहड़ा कि किसी भी तरह फलीभूत होण वाला नहीं हैगा। ये कल्ले सिखां दा नहीं ते हिंदुआं दा नहीं बण देना। सो इस करके ये जिहड़े राह तुर पई आ भारतीय जनता पार्टी ਉਹਨੂੰ ਇਹ ਰਾਹ ਛੱਡਣਾ ਚਾਹੀਦਾ ਅਤੇ ਸਿੱਖਾਂ ਦਾ ਜਿਹੜਾ ਜੋ ਰੋਲ ਆ ਦੇਸ਼ ਦੇ ਲਈ ਉਸ ਦੇ ਮੱਦੇਨਜ਼ਰ ਉਹਨਾਂ ਨੂੰ ਸਿੱਖਾਂ ਦੀ ਸ਼ਕਤੀ ਨਾਲ ਟਕਰਾਉਣਾ ਚਾਹੀਦਾ। ਅੱਜ ਦੀ ਤਰੀਕ ਦੇ ਵਿੱਚ ਸਿੱਖਾਂ ਦੀ ਕੋਈ ਅਜਿਹੀ ਪੋਲੀਟੀਕਲ ਪਾਵਰ ਨਹੀਂ ਹੈ ਜਿਹਦੇ ਨਾਲ ਜੋ ਨੈਗੋਸ਼ੀਏਸ਼ਨ ਕਰ ਸਕੇ ਉੱਪਰ ਜਾ ਕੇ ਜਾਂ ਸਰਕਾਰ ਕਰਨਾ ਨਹੀਂ ਚਾਹੁੰਦੀ। ਕੀ ਲੱਗਦਾ ਵੀ ਸਰਕਾਰ ਇਸੇ ਨੂੰ ਧਿਆਨ 'ਚ ਰੱਖਦੇ ਹੋਏ ਖੇਰੂ ਖੇਰੂ ਕਰਨਾ ਚਾਹੁੰਦੀ ਹੈ, ਵੀ ਇਹਨਾਂ ਦਾ ਕੋਈ ਸੈਂਟਰ ਆਫ ਪਾਵਰ ਪੁਆਇੰਟ ਨਾ ਰਹੇ? ਨਹੀਂ ਨਹੀਂ ਇਹ ਗੱਲ ਨਹੀਂ ਹੈਗੀ। ਸਿੱਖਾਂ ਦੀ ਸ਼ਕਤੀ ਜਿਹੜੀ ਆ, ਸਿੱਖਾਂ ਦੀ ਸੰਸਥਾ ਸਿੱਖਾਂ ਦੀ ਸ਼ਕਤੀ ਆ, ਰਾਜਨੀਤਿਕ ਸ਼ਕਤੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਕਿਸੇ ਨੂੰ ਖਰਾਬ ਕਰਨਾ ਚਾਹੁੰਦੀ ਹੈ? ਨਹੀਂ ਨਹੀਂ, ਚਲੋ ਉਹ ਵੱਖਰੀ ਗੱਲ ਆ, ਪਰ ਏਜੰਡਾ ਜਿਹੜਾ ਮਨਸ਼ਾ ਹੋਰ ਆ। ਪ੍ਰਧਾਨ ਜੀ ਥੋੜ੍ਹਾ ਹੌਲੀ ਹੋ ਜਾਓ, ਇੱਥੇ ਫੋਟੋ ਵਧੀਆ ਆਉਣੀ ਆ, ਥੋੜ੍ਹਾ ਜਿਹਾ ਸਲੋ ਹੋ ਜਾਓ, ਬਰਾਬਰ ਹੋ ਜਾਓ, ਸਾਰੇ ਬਰਾਬਰ ਹੋ ਜਾਓ ਯਾਰ। ਸੋ ਇਸ ਗੱਲ ਲਈ ਮਿੰਟ ਖੜ ਲੈ, ਇੱਕ ਮਿੰਟ ਫੋਟੋ ਕਰਨ ਲੈ, ਪਿੱਛੋਂ ਬੜਾ ਸਲੋ ਨਾਲ ਆ ਜਾਓ ਜੀ, ਨਾਲ ਆ ਜਾਓ, ਮਾੜਾ ਜਿਹਾ ਨਾਲ ਆ ਜਾਓ। ਵੱਡੀ ਚੁਣੌਤੀ ਆਉਣ ਵਾਲੀ ਆ ਜਿਹੜੀ ਕਿ ਉਹਨੂੰ ਇਸ ਗੱਲ ਦਾ ਜਿਵੇਂ ਕਾਂਗਰਸ ਭੁਗਤ ਚੁੱਕੀ ਆ ਤੇ ਭਾਜਪਾ ਇਸ ਗੱਲ ਦੇ ਰਾਹ ਪੈ ਗਈ ਆ, ਉਹਨੂੰ ਭੁਗਤਣਾ ਪੈਣਾ। ਸੋ ਖਾਸ ਤੌਰ ਦੇ ਉੱਤੇ ਭਾਈ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਕਿ ਸਿੱਖ ਪੰਥ ਦੇ ਨਾਲ ਜਿਹੜਾ ਉਹਨਾਂ ਦੀਆਂ ਸ਼ਕਤੀਆਂ ਨੂੰ ਤੋੜ ਕੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਜਿਹੜੀ ਭਾਜਪਾ ਸਰਕਾਰ RSS ਵੱਲੋਂ ਕੀਤੀ ਜਾ ਰਹੀ ਹੈ ਉਹ ਬਿਲਕੁਲ ਵੀ ਜਿਹੜੀ ਉਹ ਬਰਦਾਸ਼ਤ ਪੰਥ ਵੱਲੋਂ ਨਹੀਂ ਕੀਤੀ ਜਾਏਗੀ, ਉਹਦੇ ਲਈ ਹਰ ਤਰ੍ਹਾਂ ਦਾ ਜਿਹੜਾ ਸੰਘਰਸ਼ ਆ ਉਹ ਵਿੱਢਿਆ ਜਾਏਗਾ। ਸੋ ਵੱਡੀ ਗਿਣਤੀ ਦੇ ਵਿੱਚ ਸੰਗਤ ਮੈਂਬਰ ਸਾਹਿਬਾਨ ਮੁਲਾਜ਼ਮ ਸਾਹਿਬਾਨ ਇਸ ਰੋਸ ਮਾਰਚ ਦੇ ਵਿੱਚ ਆਪਣੀ ਸ਼ਿਰਕਤ ਕਰ ਰਹੇ ਨੇ ਤਾਂ ਜੋ ਰੋਸ ਪ੍ਰਗਟ ਕੀਤਾ ਜਾ ਸਕੇ ਕਿ ਪੰਥ ਦੀਆਂ ਸੰਸਥਾਵਾਂ ਨੂੰ ਜੋ ਖੇਰੂ ਕੀਤਾ ਜਾ ਰਿਹਾ ਹੈ ਉਸ ਲਈ ਆਪਣੀ ਆਵਾਜ਼ ਬੁਲੰਦ ਕੀਤੀ ਜਾ ਸਕੇ ਅਤੇ ਉਹਦੇ ਲਈ ਮੈਂਬਰ ਸਾਹਿਬਾਨਾਂ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਦਾ ਸੰਘਰਸ਼ ਹੈ ਜਿਹੜਾ ਉਹ ਵਿੱਢਿਆ ਜਾਏਗਾ।
सो वड्डी गिनती दे विच संगत डीसी दफ्तर वाल अपने चाले पा रही है तां जो अपना रोस आ जिहड़ा ओह प्रगट कीता जा सके। सरकारां दी जिहड़ी घटनावां पंथ दे नाल ओह कर रहे वरतारे ने ते उस तों बाद वड्डी गल कि मिलन तक दा समां वी दित्ता नहीं जा रिहा। उहनां नूं होर जिहड़े बंदे ने कलाकार जगत दे नाल या होर किसे जगत दे नाल उहनां नूं मिलन दा समां है, पर इस वड्डी संस्था दे आगूआं नूं मिलन दा जिहड़ा सरकार समा तक भी नहीं दे रही। साडे नाल मौजूद ने एडवोकेट भगवंत सिंह सियालका जी जो कि सिख संघर्ष दे विच संघर्षी दे तौर दे उत्ते जाने जांदे ने ते अज भी श्रोमणी कमेटी दे विच अपनियां सेवावां निभा रहे ने। की कारण है कि अज पंथक सियासत नूं जिहड़ा केंद्रीय सियासत उह स्पेस भी नहीं देना चाह रही? वाहिगुरू जी का खालसा और फतेह जी। देखो जदों बेईमान हो जाए ना हाकम तो सारे हाथ कंडे वरतदा जी, तो ताड़ी शख्सियत नू ताड़े रुतबे नू छटाउण दा जतन ही करता, जिहड़ा सब तो घटिया किस्म की जिहड़ी चाल हुंदी है। क्योंकि जिहड़े हुण दे सियासदान ने ना ये काले अंग्रेजां ने, ये गुर अंग्रेजां तों सिखे ने, पर अंग्रेज जिहड़ा ना उहनू भी अखीर ते संघर्ष अगे जिहड़ा झुकना पिया सीगा। उहनां दे जिहड़े ਜਿਹੜੇ ਉਹਨਾਂ ਦੇ ਨਿਰਪੱਖ ਪੱਤਰਕਾਰ ਸੀ ਨਾ, ਉਹਨਾਂ ਨੂੰ ਨਿਰਪੱਖ ਪੱਤਰਕਾਰੀ ਕਰਦਿਆਂ ਹੋਇਆਂ ਜਿਹੜਾ ਇਹ ਲਿਖਿਆ ਸੀ ਕਿ ਅਸੀਂ ਰੋਜ਼ ਕਈ ਈਸਾ ਸੂਲੀ ਚੜ੍ਹਦੇ ਵੇਖਦੇ ਹਾਂ ਗੁਰੂ ਕੇ ਬਾਗ ਦੇ ਮੋਰਚੇ 'ਤੇ ਆਇਆ ਇੰਟਰਨੈਸ਼ਨਲ ਮੀਡੀਆ, ਪਰ ਹੁਣ ਦਾ ਜਿਹੜਾ ਇਸ ਵੇਲੇ ਦਾ ਹਾਕਮ ਆ, ਭਾਵੇਂ ਉਹ ਕਾਂਗਰਸ ਦਾ ਹੋਵੇ ਭਾਵੇਂ ਉਹ ਭਾਜਪਾ ਦਾ ਹੋਵੇ ਭਾਵੇਂ ਮੌਜੂਦਾ ਜਿਹੜੀ ਸਰਕਾਰ ਹੁਣ ਚੱਲ ਰਹੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ, ਵੇਖੋ ਜਦੋਂ ਹੁੱਡਾ ਸਾਹਿਬ ਨੇ ਇਹ ਕੀਤਾ ਐਕਟ ਬਣਾਇਆ ਉਸ ਵੇਲੇ ਦੇ ਤੁਸੀਂ ਅਖਬਾਰਾਂ ਕੱਢ ਕੇ ਵੇਖ ਲਓ ਪੰਥ ਨੇ ਬੜੀ ਵੱਡੀ ਰਿਜੈਂਟਮੈਂਟ ਦਿੱਤੀ ਇਹਦੇ 'ਚ। ਸਰਕਾਰ ਅਕਾਲੀ ਦਲ ਦੀ ਸੀ ਅਤੇ ਸਰਕਾਰੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਜਿਹੜਾ ਸਟੇਟ ਵੱਲੋਂ ਰਿਪ੍ਰਜੈਂਟੇਸ਼ਨ ਦੇਣੀ ਚਾਹੀਦੀ ਉਹ ਬੜੀ ਜ਼ਬਰਦਸਤ ਜਿਹੜਾ ਉਹ ਹਲਫੀਆ ਬਿਆਨ ਇਹਦੇ ਖਿਲਾਫ਼ ਦਿੱਤਾ ਗਿਆ, ਕਿਉਂਕਿ ਇਹ ਕੋਈ ਇਲਾਕਿਆਂ ਦਾ ਮੁੱਦਾ ਨਹੀਂ, ਇਹ ਕੋਈ ਪ੍ਰਬੰਧਕੀ ਮੁੱਦਾ ਨਹੀਂ ਗਾ ਕਿ ਕਿਸੇ ਜਿਹੜਾ ਵਾ ਇਹ ਐਡਮਿਨਿਸਟ੍ਰੇਟਿਵ ਮੁੱਦੇ ਨੇ ਜਾਂ ਇਹ ਕੋਈ ਜਿਹੜਾ ਆਪਣਾ ਤੁਹਾਡਾ ਰਾਪਲਾ ਕਰੇ ਵੀ ਇਲਾਕਿਆਂ ਦੀ ਵੰਡ ਦਾ ਮਾਮਲਾ, ਇਹ ਸਿੱਖਾਂ ਦੇ ਧਰਮ ਦਾ ਮਾਮਲਾ। ਇਹ ਇੱਕ ਉਹ ਐਕਟ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਅਤੇ ਜਿਹੜਾ ਪਾਰਲੀਮੈਂਟ 'ਚ ਅਮੈਂਡ ਹੋ ਸਕਦਾ। ਅੱਛਾ ਇਹਦੇ ਬਾਰੇ ਦੱਸਿਓ ਕਿ ਲੋਕ ਕਹਿੰਦੇ ਨੇ ਕਿ ਇਹ ਪੰਜਾਬ ਦੇ ਲਈ ਹੀ ਇਕੱਲਾ ਐਕਟ ਬਣਿਆ ਸੀਗਾ ਅਤੇ ਪੰਜਾਬ ਦੀ ਵੰਡ ਤੋਂ ਬਾਅਦ ਇਸ ਕਰਕੇ ਇਸ ਨੂੰ ਤੋੜਿਆ ਜਾ ਰਿਹਾ ਕਿ ਉਹ ਪੰਜਾਬ ਦਾ ਹੀ ਐਕਟ ਸੀ, ਪੰਜਾਬ ਤੱਕ ਹੀ ਸੀਮਿਤ ਰਹੂਗਾ, ਬਾਕੀ ਇਲਾਕਿਆਂ ਦੇ ਵਿੱਚ ਨਵਾਂ ਐਕਟ ਬਣਾਇਆ ਜਾ ਰਿਹਾ, ਇਹਦੇ 'ਚ ਕਿੰਨੀ ਸੱਚਾਈ ਹੈ? ਵੇਖੋ ਨੋ ਡਾਊਟ ਉਸ ਵੇਲੇ ਜਿਹੜੇ ਆਏ ਗੁਰਦੁਆਰਾ ਸਾਹਿਬਾਨ ਜਿਹੜਾ ਉਹ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਸੀ ਜਿਨ੍ਹਾਂ ਦੇ ਵਿੱਚ ਉਸ ਵੇਲੇ ਦੇ ਰਾਜੇ ਮਹਾਰਾਜਿਆਂ ਨੇ ਅਤੇ ਸਿੱਖ ਸਰਦਾਰਾਂ ਨੇ ਖਾਸ ਤੌਰ 'ਤੇ ਮਹਾਰਾਜਾ ਰਣਜੀਤ ਸਿੰਘ ਨੇ ਵੱਡੀਆਂ ਜਗੀਰਾਂ ਲਾਈਆਂ ਸੀ, ਅਤੇ ਉਹ ਵੱਡੀਆਂ ਜਗੀਰਾਂ ਦੇ ਨਾਲ ਜਦੋਂ ਉਹ ਆਮਦਨਾਂ ਦੇ ਵਿੱਚ ਵਾਧਾ ਹੋਇਆ ਅਤੇ ਮਹਾਰਾਜਾ ਸਾਹਿਬ ਦੀ ਮੌਤ ਤੋਂ ਬਾਅਦਾਂ ਬੜੀ ਛੇਤੀ ਅੰਗਰੇਜ਼ਾਂ ਨੇ ਜਿਹੜਾ ਹੈ ਨਾ ਇੱਕ ਇਸ ਕੌਮ ਕੋਲੋਂ, ਕਿਉਂਕਿ ਰਿਜੈਂਟਮੈਂਟ ਹੀ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੇ ਦਿੱਤੀ, ਜੇ ਕੋਈ ਜ਼ਬਰਦਸਤ ਟੱਕਰ ਦਿੱਤੀ ਆ ਨਾ ਹਿੰਦੁਸਤਾਨ 'ਚ, 10 ਸਾਲ ਅੰਗਰੇਜ਼ ਲੜਿਆ, 10 ਸਾਲ ਕੌਮ ਦੇ ਜਿਹੜੇ ਆ ਫੁੱਟ ਪਾ ਕੇ ਡੋਗਰਿਆਂ ਰਾਹੀਂ 10 ਸਾਲ ਇਕੱਲੇ ਲਾਹੌਰ ਦਰਬਾਰ ਨੂੰ 10 ਸਾਲਾਂ 'ਚ ਉਹਨਾਂ ਨੇ ਜਿਹੜਾ ਉਹ ਜਿੱਤਿਆ ਪੰਜਾਬ ਨੂੰ, ਉਸ ਕਰਕੇ ਉਹਨੂੰ ਪਤਾ ਸੀ ਵੀ ਇਹ ਮੇਰੇ ਲਈ ਬੜੀ ਵੱਡੀ ਸ਼ਕਤੀ ਨੇ, ਕਦੀ ਵੀ ਇਹ ਉੱਠੇ ਤਾਂ ਮੈਨੂੰ ਖਰਾਬ ਕਰਨਗੇ। ਉਹਨੇ ਧਾਰਮਿਕ ਤੌਰ 'ਤੇ ਪਾੜਿਆ, ਉਹਨੇ ਰਾਜਨੀਤਿਕ ਤੌਰ 'ਤੇ ਪਾੜਿਆ। ਤੁਸੀਂ ਇਹ ਵੇਖੋ ਉਸ ਵੇਲੇ ਦੀਆਂ ਮਿਸਲਾਂ ਜਿਹੜੀਆਂ ਨੇ, ਉਹਨਾਂ ਕਿਤੇ ਸਿੱਖਾਂ ਦਾ ਸਾਥ ਦਿੱਤਾ, ਜਿਹੜੇ ਦੂਸਰੀਆਂ ਰਿਆਸਤਾਂ ਉਹਨਾਂ ਨੇ ਕੋਈ ਸਾਥ ਨਹੀਂ ਦਿੱਤਾ, ਪਰ ਉਸ ਵੇਲੇ ਜਿਹੜਾ ਇਹ ਗੱਲ ਘਟਨਾ ਵਾਪਰੀ ਆ ਅਤੇ ਅੰਗਰੇਜ਼ ਨੇ ਜਦੋਂ ਵੇਖਿਆ ਕਮਜ਼ੋਰ ਮਾਨਸਿਕਤਾ ਵਾਲੇ ਕੁਝ ਪ੍ਰਬੰਧਕ ਜਿਹੜੇ ਸੀ ਉਹਨਾਂ ਨੂੰ ਉਹਨਾਂ ਨੇ ਜਿਹੜਾ ਸੀ ਉਹ ਆਪਣੇ ਨਾਲ ਵਰਗਲਾ ਲਿਆ। ਆਹ ਗੁਰੂ ਕੇ ਬਾਗ ਦੇ ਮਹੰਤ ਗਿਆ ਪੰਥ ਦੇ ਵਿੱਚ ਜਾ ਕੇ ਅਤੇ ਉਹਨੇ ਜਾ ਕੇ ਉੱਥੇ ਅੰਮ੍ਰਿਤ ਵੀ ਛਕਿਆ, ਉਹਨੇ ਪੰਥ ਨਾਲ ਚੱਲਣ ਦਾ ਅਹਿਦ ਕੀਤਾ। ਅੰਗਰੇਜ਼ ਨੇ ਵੇਖਿਆ ਵੀ ਜੇ ਇਹ ਚੱਲ ਪਿਆ ਅਤੇ ਮੇਰਾ ਜਿਹੜਾ ਨਿਸ਼ਾਨਾ ਉਹ ਕਿਵੇਂ ਚੱਲੂਗਾ, ਉਹਨਾਂ ਫਿਰ ਜਾ ਕੇ ਉਹਨੇ ਇਨਫਲੂਐਂਸ ਕੀਤਾ। ਇਸ ਤਰ੍ਹਾਂ ਨਨਕਾਣਾ ਸਾਹਿਬ ਵਾਲਾ ਜਿਹੜਾ ਵੀ ਉਹ ਨਾਲ ਚੱਲਿਆ, ਪਹਿਲਾਂ ਉਹਨੇ ਜਿਹੜੀ ਕੰਸੈਂਟ ਦਿੱਤੀ ਮੈਂ ਪ੍ਰਬੰਧ ਦੇ ਦੂੰਗਾ, ਉਸ ਤੋਂ ਬਾਅਦ ਅੰਗਰੇਜ਼ ਨੇ ਆਇਆ ਉਹਨਾਂ ਆਪਣੇ ਸੋਰਸ ਵਰਤੇ ਵੀ ਤੂੰ ਕੀ ਪ੍ਰਬੰਧ ਦੇਣਾ। ਇਹ ਸਾਕੇ ਵੱਡੇ ਵਾਪਰੇ, ਪਰ ਜਦੋਂ ਇਹ ਸਾਕੇ ਵਾਪਰੇ ਨਾ
उन्होंने गुरु गंगसर जैतो के मोर्चे लगे ने। ये जेडे मोर्चे ये लगे पंजाब च, बिल्कुल पंजाब च लगे होने करके पंजाब दे विच ओह खासा है संघर्ष करन दा, ते ओह अज भी बरकरार है। पर लोग यह गल कर रहे ने कि अकाली दल श्रोमणी कमेटी जो अपने संघर्ष दे विचों रीजन हुई है, संघर्ष दे विचों पैदा हुई है, गुरु सुधार लहर दे विचों, अज ओह मैमोरेंडम देण तक ही सीमित रह गई है। वेखो ये जड़ा ना ये मैमोरेंडम देण की गल नहीं हुंदी, मैं तुहानूं कल्ली इत्थों तक नहीं हुंदी गल, संघर्ष दे वख-वख पड़ा हुंदे ने। बिल्कुल हर पड़ा दे उत्ते पड़ा दर पड़ा जिहड़ा ना वह अगे चलता। ये सरकार नू इस समय दौरान, क्योंकि इस वेले जिहड़ा ना पूरा संसार एक ग्लोबल विजिलेंस बन गया, एक ग्लोबल पिंड बन गया, इहदे विच जिहड़ी इत्थे घटना वापरी किसे तों ओले छिपे नहीं हैगी। उदों यह हुंदा भी कंध ओले प्रदेश वाली गल जो इत्थे अगले नू पता होना, हुण दे जिहड़ी भी घटना वापरदी आ उह जिहड़ी आ ना उह संसार पद्धर ते जांदी आ। साडा इह फर्ज बणदा भी अहीं संसार नू सुचेत करिए, दुनिया भर दे लोकां नू सुचेत करी पिया गल। इह जिहड़ा ना इह मसला इह नहीं हैगा श्रोमणी गुरुद्वारा प्रबंधक कमेटी नाल मसला वा, कल नू लोड पैंदी है किसे होर संघर्ष वड्डे संघर्ष दे विढ़न दी तां जरूर विढ़िया जाऊगा। बिल्कुल विढ़िया जाऊगा जी, संघर्ष ही जिहड़ा इस तरह चलना। अहीं इह जिहड़ा इत्थे डीसी साहब ने इह अपना सेंटर दे नुमाइंदे भी ने, बिल्कुल इत्थे जिथे स्टेट नू नुमाइंदगी करदे इहनां ड्यूअल ड्यूटी हुंदी आ, स्टेट की भी नुमाइंदगी करनी जी लॉ एंड आर्डर के डिवेलपमेंट के मामलों च, तो सेंटर की नुमाइंदगी करनी बतौर आई एस जी। इस करके ये जड़ा ना कोई पहला साडा इहो ही बनता, ये तो बाद ज्यों ज्यों वेखो कौमी जथेबंदियां आउणगियां सारे नाल आउणगे, जिहो जिहो जिहा प्रोग्राम बनता जाऊगा उहो असीं देवांगे जी। जिवें प्रधान जी ने कई ना बड़ी घट सोचनी के मालक हुंदे बंदे, प्रधान जी ने एक स्टेटमेंट दित्ती हरजिंदर सिंह धामी, क्योंकि एडवोकेट ने वो गल पक्ष नूं जानदे ने जी, उन्होंने कहा भी ये जिहड़ा ना वो रिव्यू पाउणा चाहीदा केंद्र सरकार नूं। हुण कंक्रीट लिस्ट दे विच ना कुछ चीज़ां आउंदियां जिन्हां ते केंद्र ते अपना स्टेट जिहड़ी आ वो सांझा लिस्ट आ, उहदे विच कुछ मुद्दियां ते वो कर सकदी आ जी। एक उहदे मुताबक दोवां धिरां ने रिप्रजेंट करना हुंदा, हुण इत्थों दी स्टेट बेईमान हो गई जी, इतों कांग्रेस बेईमान हो गई। इतों की एक तुसी दस्सिओ कि जदों सुप्रीम कोर्ट दे विच यह फैसला सुनाया गया रिट ना सुन दा, कि पंजाब सरकार उहदे विच एक तरह की धिर सीगी, तो उहदा की रवैया जिहड़ा उत्थे सीगा? देखो पंजाब सरकार ते मैं तुहानूं पहलां गल कीती आ, कैप्टन कैप्टन अमरिंदर सिंह ने जिहड़ा वा जदों उहने सरकार संभाली उहने अकाली दल दा दित्ता हल्फिया बयान वापस लिया ते नवां दित्ता, उहदे विच उहने जिहड़ा ही उहने हरियाणे की वकालत की, हरियाणे के नाल चलिया, तो जो आ नवी सरकार बनी आ हूँ आ बनी आ आम आदमी पार्टी की, इन्हें कांग्रेस की जी लाइन च लाइन रखी जी। ये जड़ा ये कांग्रेस की बेईमानी, ये हूँ की मौजूदा सरकार की नलायकी बेईमानी, ये मकारी भाजपा की। वेखो एक बन्ने तो कह रहे ने इस वेले मुख्यमंत्री ने मनोहर लाल खट्टर, एक बने तो वह कह रहे हैं कि ये जड़ा वो पैरवाई कर रहे हैं हरियाणे के गुरद्वारा एक्ट की, सेंटर जड़ा वो पैरवाई कर रहा भी नहीं सेंटर का प्रेरोगेट जो है ये गुरुद्वार के प्रबंध जोड़े सिखा ने अपने हाथों में लाए, तो हूँ इस तरह स्टेट लैवल से वक् वक् करके सिख शक्ति में तोड़न का यत्न किया जा रहा है। वाहिगुरु जी का खालसा वाहिगुरु जी की फतेह। अज श्रोमणी गुरद्वारा प्रबंधक कमेटी वालों जो हरियाणा सिख गुरद्वारा प्रबंधक कमेटी एक्ट विरुद्ध पास की गई है, उस संबंध में मानयोग प्रधान श्रोमणी गुरद्वारा प्रबंधक कमेटी समूह मैंबर साहबान समुचिया संगत अमृतसर विखे पहुँच चुकिया ने, जो हरियाणा सिख गुरद्वारा प्रबंधक कमेटी
ਐਕਟ ਦੇ ਵਿਰੁੱਧ ਬਣੀ ਹੈ ਉਸ ਦੀ ਮਾਨਤਾ ਨੂੰ ਰੱਦ ਕਰਾਉਣ ਵਾਸਤੇ ਅੱਜ ਡੀਸੀ ਦਫ਼ਤਰ ਵਿਖੇ ਮੰਗ ਪੱਤਰ ਦਿੱਤਾ ਜਾ ਰਿਹਾ ਹੈ। ਅੱਜ ਸਾਰੇ ਮੈਂਬਰ ਸਹਿਬਾਨ ਨੇ ਇੱਥੇ ਆ ਕੇ ਦਸਤਾਰਾਂ ਕਾਲੀਆਂ ਸਜਾ ਕੇ ਰੋਸ ਧਰਨੇ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਆਪਣਾ ਜਜ਼ਬਾਤ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਦਾ ਜਾਪ ਇਸ ਵਕਤ ਕੀਤਾ ਜਾ ਰਿਹਾ ਹੈ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਡੀਸੀ ਦਫ਼ਤਰ ਦੇ ਬਾਹਰ ਜੋ ਹੈ ਇਹ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਬੈਠ ਕੇ ਸ਼੍ਰੋਮਣੀ ਹਰਿਆਣਾ ਤੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਇਸੇ ਤਰ੍ਹਾਂ ਹੀ ਅਸੀਂ ਇੱਥੇ ਸੁੱਖ ਲਈ ਨਹੀਂ ਆਏ ਸਾਰੇ, ਸਾਡੇ ਅੰਦਰ ਇੱਕ ਦਰਦ ਤੇ ਇੱਕ ਚਿਣਗੀ ਆ ਜਿਹੜੀ ਉਹ ਪਲਮ ਰਹੀ ਆ, ਉਹਦੇ ਤਹਿਤ ਸਾਨੂੰ ਵਾਰ ਵਾਰ ਮਜਬੂਰ ਕੀਤਾ ਜਾ ਰਿਹਾ ਸੜਕਾਂ ਤੇ ਫਿਰ ਵਾਰ ਵਾਰ ਮੈਮੋਰੈਂਡਮ ਦੇਣ ਦਾ। ਇਹ ਕੁਛ ਹੱਦ ਤੱਕ ਜਿਹੜਾ ਉਹ ਠੀਕ ਹੁੰਦਾ, ਫਿਰ ਕੁਛ ਹੱਦ ਤੋਂ ਬਾਅਦ ਫਿਰ ਇਹ ਕਈ ਵਾਰੀ ਹੱਦਾਂ ਟੱਪ ਜਾਂਦੀਆਂ ਸਾਰੀਆਂ ਗੱਲਾਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਤੇ ਜਦੋਂ ਪ੍ਰਕਾਸ਼ ਧਾਰਿਆ ਤੇ ਸਤਿਗੁਰੂ ਜੀ ਨੇ ਜਿਹੜੀਆਂ ਮੁੱਢਲੀਆਂ ਪੈੜਾਂ ਪਾਈਆਂ, ਆ ਗੁਰੂ ਜੀ ਨੇ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਸੀ, ਇੱਕ ਓਂਕਾਰ ਦਾ ਪਵਿੱਤਰ ਸਿਧਾਂਤ ਬਖਸ਼ਿਆ ਸੀ, ਊਚ ਨੀਚ ਜਾਤ ਪਾਤ ਖਤਮ ਕੀਤੀ ਸੀ, ਪਰ ਅੱਜ ਉਹ ਮੁੜ ਕੇ ਫਿਰ ਫਾਰਮੂਲਾ ਸਾਡੇ ਤੇ ਲਾਗੂ ਕੀਤਾ ਜਾ ਰਿਹਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਵੀ ਕਿਹਾ, ਉਹਨਾਂ ਨੇ ਪਵਿੱਤਰ ਸਿਧਾਂਤਾਂ ਦੇ ਉੱਤੇ ਪਵਿੱਤਰ ਗੁਰ ਸ਼ਬਦ ਰਾਹੀਂ ਉਹਨਾਂ ਭੋਲੜ ਵੀਰਾਂ ਨੂੰ ਇੱਕ ਥਾਂ ਇਕੱਤਰ ਕਰਕੇ ਸਾਂਝਾ ਸੰਦੇਸ਼ ਵੀ ਦਿੱਤਾ। ਇਹ ਸਿਲਸਿਲਾ ਗੁਰੂ ਦਸਮ ਪਾਤਸ਼ਾਹ ਤੱਕ ਇਵੇਂ ਜਾਰੀ ਰਿਹਾ। ਜੱਗਾਂ ਜੁੱਧਾਂ ਵੀ ਹੋਈਆਂ, ਪਰ ਗੁਰੂ ਸਾਹਿਬ ਆਪਣੇ ਨਿੱਜ ਲਈ ਨਹੀਂ ਕਿਤੇ ਵੀ ਲੜੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਈ ਨਿੱਜ ਲਈ ਨਹੀਂ ਲੜੇ, ਹੱਕ ਤੇ ਸੱਚ ਲਈ ਲੜੇ। ਇਸ ਦੇਸ਼ ਦਾ ਜਿਹੜਾ ਕਲਚਰ ਸੀਗਾ ਸਰਬੱਤ ਦੇ ਭਲੇ ਦਾ, ਉਹਨੂੰ ਤੋੜਿਆ ਜਾ ਰਿਹਾ ਸੀ। ਸਮਾਂ ਚੇਤੇ ਕਰੋ, ਅੱਜ ਸਾਨੂੰ ਕਈ ਵਾਰੀ ਰੋਸ ਵੀ ਆਉਂਦਾ ਵੀ ਜਿਨ੍ਹਾਂ ਲਈ ਅਸੀਂ ਲੜਦੇ ਮਰਦੇ ਰਹੇ ਉਹ ਅੱਜ ਸਾਨੂੰ ਫਿਰ ਉਹਨਾਂ ਪੁਰਾਤਨ ਲੀਹਾਂ ਵੱਲ ਨੂੰ ਲਿਜਾ ਰਹੇ, ਧਰਾਤਲ ਵੱਲ ਨੂੰ ਲਿਜਾ ਰਹੇ ਆ। ਗੁਰੂ ਦਸਮ ਪਾਤਸ਼ਾਹ ਜੀ ਨੇ ਜਦੋਂ 1699 ਦੇ ਵਿੱਚ ਜਿੱਥੋਂ ਸਰਬ ਸਾਂਝਾ ਇੱਕ ਸੰਦੇਸ਼ ਬਖਸ਼ਿਸ਼ ਕੀਤਾ ਸੀ, ਉਹ ਸੰਦੇਸ਼ ਸੀਗਾ ਪੀਵੋ ਪਹੁਲ ਖੰਡੇ ਤਾਰ। ਜਿਸਲੇ ਊਚ ਨੀਚ ਦਾ ਫਾਸਲਾ ਮੁਕਾਇਆ, ਜਿਸਲੇ ਜਾਤ ਪਾਤ ਦਾ ਫਾਸਲਾ ਮੁਕਾਇਆ, ਖੰਡੇ ਬਾਟੇ ਦੀ ਪੌਲ ਸਾਨੂੰ ਵੱਖਰੀ ਛਕਾਓ। ਤੇ ਕਿਉਂਕਿ ਗੁਰੂ ਸਿਧਾਂਤ ਇਹ ਇਜਾਜ਼ਤ ਨਹੀਂ ਸੀ ਦਿੰਦਾ, ਗੁਰੂ ਦਸਮ ਪਾਤਸ਼ਾਹ ਨੇ ਕਿਹਾ ਇਹ ਲਾਗੂ ਨਹੀਂ ਹੋਣਾ। ਉਹਦੇ ਵਿੱਚ ਕਿੰਨਾ ਚਿਰ ਫਿਰ ਜੁੱਧਾਂ ਚੱਲੀਆਂ, ਪਰ ਅੰਤ ਜਿਹੜੀ ਫਤਿਹ ਉਹ ਖਾਲਸੇ ਨੂੰ ਬਖਸ਼ਿਸ਼ ਹੋਈ। ਗੁਰੂ ਦਸਮ ਪਾਤਸ਼ਾਹ ਨੇ ਉਹਨਾਂ ਸਾਰੀਆਂ ਜੰਗਾਂ ਨੂੰ ਫਤਿਹ ਕੀਤਾ। ਉਹ ਨਿੱਜ ਦੀ ਜੰਗ ਨਹੀਂ ਸੀ, ਜੇ ਕਿਸੇ ਸੈਕਟ ਨਾਲ ਜੰਗ ਲੜੇ, ਜੇ ਮੁਸਲਮਾਨਾਂ ਨਾਲ ਜੰਗ ਲੜੇ, ਜੇ ਪਹਾੜੀ ਰਾਜਿਆਂ ਨਾਲ ਜੰਗ ਲੜੇ, ਉਹ ਹੱਕ ਤੇ ਸੱਚ ਲਈ ਲੜੇ। ਉਹਨਾਂ ਨੇ ਇਸ ਕਰਕੇ ਨਹੀਂ ਲੜੇ ਪਏ ਇੱਥੇ ਵੱਖ ਵੱਖ ਫਿਰਕੇ ਇਕੱਠੇ ਹੋਣ। ਔਰ ਗੁਰੂ ਦਸਮ ਪਾਤਸ਼ਾਹ ਜੀ ਨੇ ਇਹ ਸ਼ਾਇਦ ਪਹਿਲਾ ਪਵਿੱਤਰ ਸਾਡਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਕੋਲ ਗੁਰਤਾ ਗੱਦੀ 11ਵੀਂ ਜੋਤ ਕਰਕੇ ਸਿੱਖਾਂ ਦੇ ਵਿੱਚ ਅੱਜ ਸਾਡੇ ਵਿੱਚ ਮੌਜੂਦ ਆ। ਅੱਜ ਸਿੱਖ ਹਰ ਇੱਕ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਸ਼ੇ ਅਨੁਸਾਰ ਕਰਦਾ। ਗੁਰੂ ਦਸਮ ਪਾਤਸ਼ਾਹ ਤੋਂ ਬਾਅਦ ਬੰਦਾ ਸਿੰਘ ਬਹਾਦਰ ਇਸ ਧਰਤੀ 'ਤੇ ਆਇਆ। ਯਾਦ ਕਰੋ ਜੇ 1817-1720 ਤੱਕ ਇੱਥੇ ਖਾਲਸਾ ਝੰਡਾ ਬੁਲੰਦ ਕੀਤਾ, ਇੱਥੇ ਖਾਲਸਾ ਨਿਸ਼ਾਨ ਸਾਹਿਬ ਬੁਲੰਦ ਕੀਤਾ, ਔਰ ਉਹਦੀ ਉਸ ਰਿਆਜ਼ ਦੇ ਵਿੱਚ ਕੋਈ ਵੀ ਫਿਰਕਾ ਜਿਹੜਾ ਉਹ ਦੁਖੀ ਨਹੀਂ ਸੀ, ਚਾਹੇ ਮੁਸਲਮਾਨ ਸੀ, ਚਾਹੇ ਹਿੰਦੂ ਸੀ, ਚਾਹੇ ਸਿੱਖ ਸੀ। 1720 ਤੋਂ ਬਾਅਦ ਫਿਰ ਅਸੀਂ ਮੁਸਲਮਾਨਾਂ ਨਾਲ ਵੀ ਲੜਦੇ ਰਹੇ। ਅਜਿਹਾ ਵੀ ਸਮਾਂ ਆ ਗਿਆ ਜਿਸ ਵੇਲੇ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚੋਂ ਸਿੱਖ ਖਤਮ ਹੋ ਗਏ। ਉਸ ਵੇਲੇ ਵੀ ਭਾਈ ਗਰਜਾ ਸਿੰਘ, ਭਾਈ ਬੋਤਾ ਸਿੰਘ ਨੇ ਇਸੇ ਤੁਹਾਡੀ ਪਵਿੱਤਰ ਧਰਤੀ 'ਤੇ ਇੱਕ ਚੁੰਗੀ ਟੈਕਸ ਲਾ ਕੇ ਇਸ ਗੱਲ ਦਾ ਪ੍ਰਤੀਕ ਬਣੇ ਸੀ ਕਿ ਖਾਲਸਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪਵਿੱਤਰ ਸਿਧਾਂਤ ਤੋਂ ਪ੍ਰਗਟ ਹੋਇਆ।
ਇਹਨੂੰ ਕੋਈ ਮਿਟਾ ਨਹੀਂ ਸਕਦਾ। ਜਿਸ ਵੇਲੇ ਗੋਰਿਆਂ ਤੋਂ ਬਾਅਦ ਫਿਰ ਸਾਡੀ ਸਰਕਾਰ ਮੁਸਲਮਾਨਾਂ ਤੋਂ ਬਾਅਦ ਜਿਸਲੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਇੱਥੇ ਸਥਾਪਿਤ ਹੋਇਆ, ਉਸ ਰਾਜ ਦੇ ਵਿੱਚ ਆਪਾਂ ਸਾਰੇ ਪਲੀ ਪਾਂਤ ਜਾਣਦੇ ਹਾਂ, ਇਤਿਹਾਸ ਪੜ੍ਹਦੇ ਹਾਂ, ਸਾਰੇ ਫਿਰਕੇ ਸੁਖੀ ਵੱਸਦੇ ਸੀ। ਕਿਸੇ ਨੂੰ ਕੋਈ ਚੋਰੀ ਦਾ ਨਹੀਂ ਸੀ ਡਰ, ਕਿਸੇ ਨੂੰ ਕੋਈ ਖਤਰਾ ਨਹੀਂ ਸੀ, ਕਿਸੇ ਦੀ ਇੱਜ਼ਤ ਨੂੰ ਕੋਈ ਖਤਰਾ ਨਹੀਂ ਸੀ। ਉਹ ਵੀ ਸਮਾਂ ਖਤਮ ਹੋਇਆ। ਉਸ ਤੋਂ ਬਾਅਦ ਇੱਥੇ ਬ੍ਰਿਟਿਸ਼ ਆਏ, ਉਹਨਾਂ ਨੇ ਸਿੱਖਾਂ ਦੇ ਵਿੱਚ ਮੰਡੀਆਂ ਪਾਉਣ ਦਾ ਯਤਨ ਕੀਤਾ। ਸਾਨੂੰ ਉਹ ਵੀ ਸਮਾਂ ਚੇਤੇ ਆਉਣਾ ਕਿ ਜਦੋਂ ਬ੍ਰਿਟਿਸ਼ ਆਰਮੀ ਦੇ ਵਿੱਚ ਬਹੁਤਾਤ ਸਿੱਖਾਂ ਦੀ ਹੁੰਦੀ ਸੀ ਅਤੇ ਸਿੱਖ ਵੀ ਅੰਮ੍ਰਿਤਧਾਰੀ ਅੰਮ੍ਰਿਤ ਛਕ ਕੇ ਉਹਦੇ ਵਿੱਚ ਸ਼ਾਮਲ ਹੁੰਦੇ ਸੀ। ਔਰ ਜਿੰਨੀਆਂ ਵੀ ਜੰਗਾਂ ਯੁੱਧਾਂ, ਚਾਹੇ ਫਸਟ ਵਰਲਡ ਵਾਰ ਦੀ ਗੱਲ ਕਰ ਲਓ, ਸੈਕੰਡ ਵਰਲਡ ਵਾਰ ਦੀ ਗੱਲ ਕਰ ਲਓ, ਸਿੱਖਾਂ ਦੀਆਂ ਛਾਉਣੀਆਂ ਨੇ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ। ਔਰ ਉਸ ਤੋਂ ਬਾਅਦ 1920 ਦੇ ਵਿੱਚ, ਕਿਉਂਕਿ ਇੱਥੇ ਜਿਹੜੇ ਗੁਰਦੁਆਰਿਆਂ ਦੇ ਕਾਬਜ ਮਹੰਤ ਸੀਗੇ, ਉਹਨਾਂ ਮਹੰਤਾਂ ਨੇ ਮਨਮਾਨੀਆਂ ਸ਼ੁਰੂ ਕੀਤੀਆਂ। ਉਹ ਮਨਮਾਨੀਆਂ ਇੱਥੋਂ ਤੱਕ ਚਲੀਆਂ ਗਈਆਂ ਕਿ ਧੀਆਂ ਭੈਣਾਂ ਦੀ ਇੱਜ਼ਤ ਲੁੱਟ ਹੋਣ ਲੱਗ ਪਈ। ਚੇਤੇ ਕਰੋ ਤਰਨ ਤਾਰਨ ਦਾ ਉਹ ਸਮਾਂ, ਜਿੱਥੋਂ ਇੱਕ ਉਸ ਵੇਲੇ ਦੂਸਰੇ ਫਿਰਕੇ ਨਾਲ ਸੰਬੰਧਿਤ ਜਿਹਦੀ ਧੀ ਦੀ ਇੱਜ਼ਤ ਲੁੱਟੀ, ਉਹ ਫਰਿਆਦ ਲੈ ਕੇ ਅਕਾਲ ਤਖ਼ਤ 'ਤੇ ਆਇਆ। ਸਾਡੇ ਮਹਾਨ ਸ਼ਹੀਦ ਸਿੰਘਾਂ ਨੇ ਤਰਨ ਤਾਰਨ ਦਾ ਮੋਰਚਾ ਲਾਇਆ, ਔਰ ਤਰਨ ਤਾਰਨ ਦੇ ਮੋਰਚੇ ਤੋਂ ਬਾਅਦ ਫਿਰ ਨਨਕਾਣਾ ਸਾਹਿਬ ਦਾ ਮੋਰਚਾ ਲਾਇਆ, ਉਸ ਤੋਂ ਬਾਅਦ ਗੁਰੂ ਕੇ ਬਾਗ ਦਾ ਮੋਰਚਾ ਲਾਇਆ, ਉਸ ਤੋਂ ਬਾਅਦ ਫਿਰ ਪੰਜਾ ਸਾਹਿਬ ਦਾ ਸਾਕਾ, ਇਤਿਹਾਸਿਕ ਤੌਰ 'ਤੇ ਜੈਤੋਂ ਦਾ ਮੋਰਚਾ, ਅਨੇਕਾਂ ਮੋਰਚੇ ਲੱਗੇ। ਉਹਨਾਂ ਮੋਰਚਿਆਂ ਦੇ ਵਿੱਚ ਸਿੱਖਾਂ ਦੇ ਵਿੱਚ ਸਬਰ ਹੀ ਇੰਨਾ ਸੀ, ਉਹ ਡਾਂਗਾਂ ਖਾਂਦੇ ਆਪਣੇ ਕੁਝ ਸ਼ਹੀਦ ਹੋ ਗਏ, ਕੁਝ ਗੰਭੀਰ ਜ਼ਖਮੀ ਹੋਏ, ਪਰ ਰੰਚਕ ਮਾਤਰ ਗਿਲਾ ਨਹੀਂ ਕੀਤਾ ਕਿਸੇ ਦੇ ਉੱਤੇ, ਕਿਉਂਕਿ ਗੋਰਿਆਂ ਦੀ ਉਦੋਂ ਸਰਕਾਰ ਸੀ। ਅੰਤ ਦੇ ਵਿੱਚ 1920 ਤੋਂ ਲੈ ਕੇ 1925 ਦੀ ਜਦੋਂ ਦੇ ਤਹਿਤ ਇੱਕ ਸਿੱਖ ਗੁਰਦੁਆਰਾ ਐਕਟ ਬਣਾਇਆ ਗਿਆ, ਜਿਹਦੀ ਜਿਹੜੀ ਸੀਮਾ ਸੀ ਉਹ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਦੇ ਬਾਰਡਰ ਤੱਕ ਸੀਗੀ। ਉਹ 1947 ਤੱਕ ਸਾਡਾ ਸਿਸਟਮ ਇੱਦਾਂ ਹੀ ਚੱਲਦਾ ਰਿਹਾ। ਉਸ ਤੋਂ ਬਾਅਦ ਜਿਲ੍ਹੇ ਭਾਰਤ ਆਜ਼ਾਦ ਹੋਇਆ, ਉਸ ਤੋਂ ਬਾਅਦ ਵੀ ਸਿੱਖ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਵੀ ਪ੍ਰਬੰਧ ਦੇਖਦੇ ਰਹੇ ਨਹੀਂ, ਉੱਥੇ ਪ੍ਰਬੰਧ ਸੁਚੱਜਾ ਚਲਾਉਂਦੇ ਰਹੇ, ਪਰ ਅਫਸੋਸ ਉੱਥੇ ਤਕਰੀਬਨ 72 ਸਾਡੇ ਸਥਾਨ ਰਹਿ ਗਏ, ਬੰਗਲਾਦੇਸ਼ ਦੇ ਵਿੱਚ ਸਥਾਨ ਰਹਿ ਗਏ, ਜਿਹਦੀ ਸੇਵਾ ਸੰਭਾਲ ਖਾਲਸੇ ਨੇ ਕਰਨੀ ਸੀ, ਪਰ ਉਹ ਸਾਤੋਂ ਦੂਜੀ ਸਰਕਾਰ ਦੇ ਪਾਸੇ ਚਲੇ ਗਏ। ਉਸ ਤੋਂ ਬਾਅਦ ਫਿਰ ਜਿਹੜਾ ਸਮਾਂ ਚੱਲਿਆ, ਉਸ ਸਮੇਂ ਨੂੰ ਵੀ ਆਪਾਂ ਭਲੀ ਭਾਂਤ ਭਾਂਪਦੇ ਹਾਂ। 1966 ਦਾ ਰੀਆਰਗੇਨਾਈਜੇਸ਼ਨ ਐਕਟ ਬਣਿਆ, ਉਸ ਐਕਟ ਤਹਿਤ ਕਿਉਂਕਿ ਹਰਿਆਣਾ ਵੱਖਰਾ ਹੋ ਗਿਆ, ਹਿਮਾਚਲ ਵੱਖਰਾ ਹੋ ਗਿਆ, ਚੰਡੀਗੜ੍ਹ ਵੱਖਰਾ ਹੋ ਗਿਆ, ਇਹ ਜਿਹੜਾ ਸਾਂਝਾ ਇੱਕ ਐਕਟ ਰੱਖਿਆ ਗਿਆ ਸਿੱਖ ਗੁਰਦੁਆਰਾ ਐਕਟ, ਔਰ ਉਹਦੇ 'ਤੇ ਫਿਰ 2014 ਵਿੱਚ ਦੇਖੋ ਉਹੀ ਸਰਕਾਰ ਸੀ ਜਿਸ ਸਰਕਾਰ ਨੇ 1984 'ਚ ਬਲਿਊ ਸਟਾਰ ਕੀਤਾ, ਜਿਸ ਸਰਕਾਰ ਨੇ ਪਵਿੱਤਰ ਅਕਾਲ ਤਖ਼ਤ ਢਹਿ ਢੇਰੀ ਕੀਤਾ, ਜਿਸ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਵਿੱਚ ਵੀ ਗੋਲੀਆਂ ਮਾਰੀਆਂ, ਜਿਹੜੇ ਦੋ ਸਰੂਪ ਸਾਡੇ ਕੋਲ ਅੱਜ ਵੀ ਸੁਸ਼ੋਭਿਤ ਆ। 1984 ਤੋਂ ਬਾਅਦ ਫਿਰ 2014 ਵਿੱਚ ਹਰਿਆਣੇ ਦੇ ਵਿੱਚ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਆਈ, ਉਹ ਦੂਸਰੀ ਸਰਕਾਰ, ਉਹਨਾਂ ਨੇ ਇੱਕ ਮੈਨੂਫੈਸਟੋ ਜਾਰੀ ਕੀਤਾ ਕਿ ਅਸੀਂ ਹਰਿਆਣੇ ਦੇ ਵਿੱਚ ਸਾਨੂੰ ਵੋਟਾਂ ਪਾ ਦਿਓ, ਅਸੀਂ ਹਰਿਆਣਾ ਕਮੇਟੀ ਵੱਖਰੀ ਬਣਾਵਾਂਗੇ। ਉਦੋਂ ਵੀ ਅਸੀਂ ਜ਼ੋਰ ਲਾਇਆ, ਤੁਹਾਨੂੰ ਪਤਾ ਉਦੋਂ ਵੀ ਜ਼ੋਰ ਅਜਮਾਈ ਹੁੰਦੀ ਰਹੀ। ਉਹ 2014 ਦਾ ਐਕਟ ਬਣ ਗਿਆ, ਔਰ ਉਸ ਵੇਲੇ ਮਨਮੋਹਨ ਸਿੰਘ ਸੈਂਟਰ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸੀ। ਉਸ ਤੋਂ ਬਾਅਦ ਰਾਜ ਸੱਤਾ ਬਦਲੀ, ਸਾਨੂੰ ਆਸ ਸੀ ਕਿ ਇਹ 2014 ਦਾ ਐਕਟ, ਕਿਉਂਕਿ ਸਾਡੇ ਜਿਹੜੇ ਹਮੇਸ਼ਾ ਕਾਂਗਰਸ ਨਾਲ ਲੜਨ ਵਾਲੇ ਭਾਰਤੀ ਜਨਤਾ ਪਾਰਟੀ ਸ਼ਾਇਦ ਇਹਨਾਂ ਗੱਲਾਂ 'ਤੇ ਸਿਧਾਂਤਕ ਤੌਰ 'ਤੇ ਸਿੱਖਾਂ ਨਾਲ ਖੜੂਗੀ, ਪਰ ਅਫਸੋਸ ਹੋਇਆ ਇਸ ਗੱਲ ਦਾ, ਉਹ ਸਿਧਾਂਤਕ ਤੌਰ 'ਤੇ ਸਿੱਖਾਂ ਨਾਲ ਖੜ੍ਹੇ ਹੋਣ ਦੀ ਬਜਾਏ ਲੜਾਈ ਨੂੰ ਇੰਨਾ ਤੇਜ਼ ਕਰ ਦਿੱਤਾ ਕਿ ਆਹ ਪਿਛਲੇ ਦਿਨੀ ਸੁਪਰੀਮ ਕੋਰਟ ਤੋਂ ਇੱਕ ਆਰਡਰ ਆਇਆ। ਸਾਨੂੰ ਦੁੱਖ ਕਿਸ ਗੱਲ ਦਾ ਕਿ ਕਾਂਗਰਸ ਜਮਾਤ ਹਮੇਸ਼ਾ ਸਿੱਖਾਂ ਲਈ ਕੰਡੇ ਬੀਜਦੀ ਰਹੀ, ਬਿਫੋਰ ਪਾਰਟੀਸ਼ਨ ਵੀ ਸਾਡੇ ਲਈ ਕੰਡੇ ਬੀਜੇ, ਪਰ ਸਿੱਖਾਂ ਨੂੰ ਉਸ ਵੇਲੇ ਧਰਮ ਦਾ ਜਿਹੜਾ ਜਜ਼ਬਾ ਸੀ ਉਹਨੂੰ ਦੇਸ਼ ਭਗਤੀ ਦਾ ਜਜ਼ਬਾ ਦੇ ਕੇ ਸਿੱਖਾਂ ਨੂੰ ਇਸ ਪਾਸੇ ਲਾਇਆ। ਰੋਈਏ ਤਾਂ ਰੋਈਏ ਕਿੱਥੇ, ਦੱਸੀਏ ਤਾਂ ਕਿਹਨੂੰ ਦੱਸੀਏ, ਇਹਨਾਂ ਨੂੰ ਸਾਰਾ ਕੁਝ ਪਤਾ ਕਿ ਆਪਾਂ ਕਿੰਨੀਆਂ ਆਜ਼ਾਦੀ ਦੇ ਵਿੱਚ ਜੰਗਾਂ ਯੁੱਧਾਂ ਦੇ ਵਿੱਚ ਕਿੰਨੀਆਂ ਸ਼ਹੀਦੀਆਂ ਪਾਈਆਂ।
हर एक पक्ष का इन्हां दे कोल भरपूर पिया सारा पर इतिहास नूं मनण नूं तैयार नहीं ते उहदे विच फिर 2014 दा जिहड़ा इह सुप्रीम कोर्ट दे विच जिहड़ा सारा चलिया कारज उहदे विच देखो कांग्रेस दे पहले उन्होंने एक्ट बनाया सी भारतीय जनता पार्टी का फर्ज बनता सी कि कुछ जॉब जिहड़ियां होंदियां स्टेट ते सेंटर सबजैक्ट होंदियां सद लैंदे पंजाब नूं सद दे हरियाणे च बीजेपी की सरकार सी ते कई बार सानू भी कोसदे आ वी तुसीं भाईवाल सीगे ਇਹ ਵੀ ਆਪਣੇ ਤੌਰ ਤੇ ਯਤਨ ਕਰਦੇ ਰਹੇ ਭਾਵੇਂ ਯਤਨਾਂ ਨੂੰ ਬੂਰ ਨਹੀਂ ਪਿਆ ਫਿਰ ਭਾਰਤੀ ਜਨਤਾ ਪਾਰਟੀ ਉਹ ਵੀ ਨਾਲ ਰਲ ਗਈ ਉਹਨੇ ਕੋਈ ਇਮਦਾਦ ਨਹੀਂ ਕੀਤੀ ਪਏ ਸਿੱਖਾਂ ਦਾ ਪ੍ਰਬੰਧ ਜਿਹੜਾ 1925 ਦੇ ਐਕਟ ਤਹਿਤ ਬਹੁਤ ਸੁਚੱਜਾ ਚੱਲ ਰਿਹਾ ਸੁਚੱਜਾ ਇਸ ਕਰਕੇ ਚੱਲ ਰਿਹਾ ਜੇ ਕੰਨਿਆ ਕੁਮਾਰੀ 'ਚ ਭੁਚਾਲ ਆਉਂਦੇ ਆ ਜੇ ਕਸ਼ਮੀਰ ਦੇ ਵਿੱਚ ਭੁਚਾਲ ਆਉਂਦੇ ਆ ਜੇ ਗੁਜਰਾਤ 'ਚ ਭੁਚਾਲ ਆਉਂਦੇ ਆ ਸਿੱਖ ਇੱਕ ਸ਼ਕਤੀ ਬਣ ਕੇ ਉੱਥੇ ਜਾਂਦੀ ਆ ਜੇ ਕੋਵਿਡ ਆ ਗਿਆ ਸਿੱਖ ਤਾਂ ਸ਼ਕਤੀ ਬਣਦੀ ਆ ਚੇਤਾ ਕਰੋ ਪੰਜਾਬ ਦੀ ਇਸ ਧਰਤੀ ਤੇ ਵੀ ਜਿਹਲੇ ਕੋਵਿਡ ਦੇ ਸਮੇਂ ਆਕਸੀਜਨ ਮੁੱਕ ਗਈਆਂ ਸੀ ਸਿੱਖ ਨਹੀਂ ਮੁੱਕਿਆ ਗੁਰੂ ਦੀ ਸਿੱਖੀ ਪ੍ਰਫੁੱਲਤ ਹੋਈ ਆਪਣੇ ਆ ਸਾਡੇ ਜਿੰਨੇ ਵੀ ਪ੍ਰਬੰਧਕ ਕਰਤਾ ਸੀਗੇ ਜਿੱਥੇ ਲੰਗਰ ਪਹੁੰਚਾਉਣਾ ਸੀ ਲੰਗਰ ਪਹੁੰਚਾਇਆ ਜਿੱਥੇ ਕੋਈ ਆਕਸੀਜਨ ਦੀ ਲੋੜ ਸੀ ਆਕਸੀਜਨ ਪਹੁੰਚਾਈ ਜਿਹੜੇ ਸਰਕਾਰ ਦੇ ਕਾਰਜ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਖੂਬੀ ਨਿਭਾਏ ਅਸੀਂ ਕੋਈ ਇਹਨਾਂ ਦੇ ਉੱਤੇ ਆਸਾਨ ਨਹੀਂ ਕੀਤਾ ਉਹਨਾਂ ਨੇ ਵੀ ਉਸ ਤਰਜਮਾਨੀ ਕਾਂਗਰਸ ਦੀ ਕੀਤੀ ਤੇ ਆ ਜਿਹੜੀ ਆਪ ਦੀ ਸਰਕਾਰ ਆ ਮੈਂ ਇੱਕ ਦਿਨ ਸੁਣ ਰਿਹਾ ਸੀ ਉੱਥੋਂ ਦੇ ਪ੍ਰਧਾਨ ਹਰਿਆਣੇ ਦੇ ਉਹ ਕਹਿੰਦੇ ਪੰਜਾਬ ਦੇ ਚੀਫ ਮਿਨਿਸਟਰ ਦਾ ਬਹੁਤ ਵੱਡਾ ਧੰਨਵਾਦ ਕਿਸ ਕਰਕੇ ਧੰਨਵਾਦ ਬਈ ਕਹਿੰਦਾ ਕਿਉਂਕਿ ਸਾਡਾ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਬਣਾਉਣ 'ਚ ਨਹੀਂ ਬਹੁਤ ਯੋਗਦਾਨ ਪਾਇਆ ਇਹ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਇਹ ਮੈਂ ਨਹੀਂ ਕਹਿੰਦਾ ਟੈਲੀਵਿਜ਼ਨ ਦੇ ਵਿੱਚ ਉਹਨੇ ਬਿਆਨ ਦਿੱਤਾ ਤੇ ਮੈਂ ਪੁੱਛਦਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬੱਤ ਦੇ ਭਲੇ ਦੇ ਕਨਸੈਪਟ ਵਿੱਚ ਅੱਜ ਗੁਰੂ ਰਾਮਦਾਸ ਦੇ ਦਰ ਤੇ ਮੈਂ ਐਡਮਿਨਿਸਟ੍ਰੇਸ਼ਨ ਦੀ ਹਾਜ਼ਰੀ 'ਚ ਖੜਾਂ ਕੋਵਿਡ ਦਾ ਸਮਾਂ ਚੇਤੇ ਕਰੋ ਸਰਕਾਰੀ ਲੰਗਰ ਬੰਦ ਸੀ 25-25 ਹਜ਼ਾਰ ਬੰਦੇ ਦਾ ਲੰਗਰ ਉਸ ਦਰ ਤੋਂ ਜਾਂਦਾ ਰਿਹਾ ਤੁਸੀਂ ਤਰਜਮਾਨੀ ਨਹੀਂ ਕਰਦੇ ਜਿਹੜਾ ਕਾਰਜ ਅੱਜ ਵੀ ਤੁਸੀਂ ਕਹਿੰਦੇ ਆ ਜਿਹੜਾ ਕਾਰਜ ਅੱਜ ਵੀ ਤੁਸੀਂ ਕਹਿੰਦੇ ਆ ਅਸੀਂ ਕਦੇ ਪਿੱਛੇ ਨਹੀਂ ਹਟੇ ਕਿਉਂਕਿ ਉਹ ਗੁਰੂ ਦਾਰਿਆ ਗੁਰੂ ਰਾਮਦਾਸ ਪਾਤਸ਼ਾਹ ਦੀ ਬਰਕਤ ਸਾਰੀ ਦੁਨੀਆ 'ਚ ਬਰਕਦੀ ਆ ਅਤੇ ਅਸੀਂ ਤੁਹਾਡੇ ਨਾਲ ਹਮੇਸ਼ਾ ਕੋਪਰੇਸ਼ਨ ਕਰਦੇ ਹਾਂ ਮੈਂ ਇਹ ਗੱਲਾਂ ਤਾਂ ਤਾਜ਼ੀਆਂ ਕਰ ਰਿਹਾ ਕਿ ਅਸੀਂ 2 ਨੰਬਰ ਦੇ ਸ਼ਹਿਰੀ ਨਹੀਂ ਅਸੀਂ ਕੁਰਬਾਨੀਆਂ ਅੱਜ ਵੀ ਕਰ ਰਹੇ ਹਾਂ ਕਾਰਗਲ ਦਾ ਸਮਾਂ ਦੇਖੋ ਕਿੰਨੇ ਸਿੱਖ ਛੋਟੀ ਅਵਸਥਾ ਦੇ ਮੁੰਡੇ ਮਰ ਕੇ ਆਏ ਉੱਥੋਂ ਚੀਦੀਆਂ ਪਾ ਕੇ ਆਏ ਅੱਜ ਵੀ ਇੱਕ ਨਾ ਇੱਕ ਰੋਜ਼ ਉੱਥੋਂ ਲੋਥ ਆਉਂਦੀ ਆ ਅਤੇ ਇਸ ਕਾਰਜ ਲਈ ਅਸੀਂ ਆਜ਼ਾਦੀ ਭਾਲਦੇ ਸੀ ਕਿ ਸਾਡੇ ਗੁਰਧਾਮਾਂ ਨੂੰ ਹੀ ਗੁਲਾਮ ਕਰ ਦਿੱਤਾ ਜਾਵੇ ਇਹ ਤਿੰਨੇ ਸਰਕਾਰਾਂ ਰਲ ਗਈਆਂ ਤਿੰਨੇ ਸਰਕਾਰਾਂ ਨੇ ਰਲ ਕੇ ਉਸ ਤਰਜਮਾਨੀ ਦੇ ਉੱਤੇ ਉੱਥੇ ਬਹਿਸ ਕੀਤੀ ਕਿ ਲੁਕਵੇਂ ਤੌਰ ਦੇ ਉੱਤੇ ਅੱਜ ਸਾਨੂੰ ਆਹ ਦਿਨ ਦੇਖਣਾ ਪਿਆ ਇਹ ਵੀਰੋ RSS ਦੀ ਵੱਡੀ ਚਾਲ ਆ ਕਈ ਕਹਿੰਦੇ ਆ ਵੀ ਜੀ ਤੁਸੀਂ ਇਹਨਾਂ ਦੇ ਕਟਾਕਸ਼ ਕਿਉਂ ਕਰਦੇ ਆ ਜੇ ਤਾਂ ਸਿੱਖ ਖਾਲਸਾ ਰਾਜ ਕੋਈ ਮਾੜੀ ਗੱਲ ਨਹੀਂ ਖਾਲਸਾ ਹੁੰਦਾ ਜਿੱਥੇ ਸਾਰੇ ਸੁਖੀ ਵਸਣ ਜਿੱਥੇ ਬੰਦਾ ਸਿੰਘ ਬਹਾਦਰ ਦਾ ਰਾਜ ਹੋਵੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਵੇ ਅਤੇ ਅੱਜ ਜੇ ਖਾਲਸਾ ਰਾਜ ਕੋ ਕਹਿ ਦੇਵੇ ਤਾਂ ਚੱਲ ਅੰਦਰ ਕਿਉਂ ਜੀ ਇਹ ਵੱਖਰੀ ਆਈਡੈਂਟੀ ਕਰਦਾ ਅਤੇ ਭਾਰਗਵ ਸਾਹਿਬ ਅੱਜ ਕਹਿ ਰਹੇ ਆ ਇਸ ਧਰਤੀ 'ਤੇ ਹਰ ਇੱਕ ਹਿੰਦੂ ਜੰਮਦਾ ਮੈਂ ਪੁੱਛਦਾ ਕਿੰਨੇ ਸੈਕਟ ਇੱਥੇ ਰਹਿੰਦੇ ਆ ਕਿੰਨੇ ਇੱਥੇ ਅੱਜ ਸਾਡੇ ਕਲਚਰ ਜਿਹੜੇ ਵੱਖਰੇ ਤੌਰ 'ਤੇ ਕੋਈ ਜਾਤ ਵੱਖਰੀ ਆ ਕਿਸੇ ਦੀਆਂ ਆਪਣੀਆਂ ਰਵਾਇਤਾਂ ਵੱਖਰੀਆਂ ਇਹ ਇੰਡੀਆ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ 19 ਭਾਸ਼ਾਵਾਂ ਉਹਦੇ ਵਿੱਚ 19 ਤਰ੍ਹਾਂ ਦੇ ਮਨੁੱਖ ਰਹਿੰਦੇ ਆ ਅਤੇ ਇਹ ਜਸਟੀਫਾਈਡ ਆ ਇਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਅਸੀਂ ਅੱਜ ਤੁਹਾਡੇ ਕੋਲ ਦਰ ਫਰਿਆਦ ਲੈ ਕੇ ਆਏ ਹਾਂ ਸਰਕਾਰਾਂ ਗੂੰਗੀਆਂ ਹੋ ਗਈਆਂ ਬੋਲੀਆਂ ਹੋ ਗਈਆਂ ਇੰਨੇ ਕਠਨ ਨਹੀਂ ਸੀ ਕਦੇ ਦੇਖੇ ਵੀ ਬੰਦਾ ਟੇਬਲ ਟਾਕ 'ਤੇ ਚਿੱਠੀ ਵੀ ਲਿਖੀਏ ਸੁਣਨਾ ਟਾਈਮ ਹੀ ਨਾ ਦੇਣ ਉੱਥੇ ਦਾ ਦੂਰ ਹਰਿਆਣੇ ਦੇ ਮੁੱਖ ਮੰਤਰੀ ਨੇ ਵੀ ਟਾਈਮ ਨਹੀਂ ਦਿੱਤਾ ਅਸੀਂ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਅਸੀਂ ਪੀਸਫੁਲੀ ਅਸੀਂ ਆਪਣੇ ਹੱਕ 'ਤੇ ਇਨਸਾਫ ਲਈ ਲੜ ਰਹੇ ਹਾਂ ਜੇ ਜਾਰੋ ਰਾਜੀਵ ਗਾਂਧੀ ਦੇ ਕਾਤਲ ਛੁੱਟ ਸਕਦੇ ਰੇਪ ਕਰਨ ਵਾਲੇ ਛੁੱਟ ਸਕਦੇ ਤੇ ਅੱਜ ਸਾਡੇ ਬੰਦੀਆਂ ਨੂੰ ਕੀ ਹੋਇਆ ਉਹ ਜਿਹੜੇ ਜੁਝਾਰੂ ਵੀਰ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਇਹ ਸਵਾਲ ਆ ਜਿਹੜੇ ਸਾਨੂੰ ਇਹਨਾਂ ਕੋਲੋਂ ਜਵਾਬ ਮੰਗਦੇ ਆ ਅਤੇ ਅੱਜ ਫਿਰ RSS ਵਾਲੇ ਜੇ ਇੱਦਾਂ ਬੋਲਣਗੇ ਤੇ ਫਿਰ ਘੱਟ ਗਿਣਤੀ ਆਪਣੇ ਆਪ ਨੂੰ ਖਤਰਾ ਮਹਿਸੂਸ ਕਰਦੀ ਆ ਘੱਟ ਗਿਣਤੀ ਇੱਥੇ ਇਕੱਲੇ ਸਿੱਖ ਨਹੀਂ ਗਏ ਇੱਥੇ ਹੋਰ ਵੀ ਬਹੁਤ ਸਾਰੇ ਰਹਿੰਦੇ ਆ ਪਰ ਸਿੱਖ ਜਿਹੜਾ ਕਿਉਂਕਿ ਗੁਰੂ ਦੇ ਬਲ ਨਾਲ ਚੱਲਦਾ ਗੁਰੂ ਦੇ ਸ਼ਬਦ ਤੋਂ ਸੇਧ ਲੈਂਦਾ ਅਸੀਂ ਅੱਜ ਇਹਨਾਂ ਨੂੰ ਬੇਨਤੀ ਕਰਨ ਆਏ ਹਾਂ
कि इन्हों नत्थ पाई जाए क्योंकि ये देश बड़िया करड़िया मशातकों तो बाद आजाद होया सी। सिखां दा बहुत बड़ा योगदान है, मैं बार बार कह रहा, तो सानू भी इंसाफ दिओ। वो इंसाफ असीं तिना तरह के मंगते हैं, सिख बंदी जिहड़े रिहा करो, कानूनियां लड़ाइया भी चल रही, उत्थे भी साडे नाल देरी हो रही आ। उस तों इलावा जे आपां आर एस एस की गल करते हैं, ये भी मुलांकण करना चाहिदा। ते तीजा जिहड़ा सिख गुरद्वारा एक्ट तोड़िया गया, ये एक्ट नहीं सी टुटना चाहिदा। ये एक्ट तोड़ के अज सानू खासा आ, सानू अज कह रहे आ ये गल भी दिल्ली च भी सिख राज करते आ। कोई शक नहीं दिल्ली च सिख राज नहीं करते, प्रबंध चलाउंदे आ गुरद्वारा साहिबान दा। ये राज नहीं गा, ये तां सेवा आ। वो दिल्ली वाले तां सातों पहले बाहर सी, हरियाणे दा एक्ट वखरा बनिया। वह सानू अज अफसोस आ कि हरियाणे दे विच आ 2014 तो पहला कदे सिख नहीं सीगे उत्थे, श्रोमणी कमेटी के मैंबर नहीं सी आउंदे, वह सारे उत्थों चुन के आउंदे सी, उन्हां दा प्रबंध सजा चलदा सी। अज भुलेखा पाया जा रहा कि शायद श्रोमणी गुरद्वारा प्रबंधक कमेटी प्रबंधा करके जां गोलकां करके लड़दी आ। असीं ना प्रबंधा करके लड़दे हाँ, ना गोलकां करके लड़दे हाँ। गुरु रामदास दा दर एडा वड्डा दर। फ्री लीफ आयुर्वैदिक ऑयल 125 बीमारियां दा संपूर्ण इलाज, जिमें गठिया, सर्वाइकल, माइग्रेन अते शरीर विच किसी भी किस्म की दर्द क्यों ना हुंदी होवे, इत्थों तक कि ब्लॉकेज दे नाल बनिया कई बीमारियां दा इको एक इलाज है फ्री रिलीफ आयुर्वैदिक ऑयल, यानी कि 125 बीमारियां दा संपूर्ण इलाज। फ्री रिलीफ विजिलैक्स वेट लूज, मोटापे तो परेशान होने की जरूरत नहीं, वजन घटाओ ते खुश हो जाओ। फ्री रिलीफ पावर मर्दाना कमजोरी नू खत्म करता है ते नरक भरी जिंदगी विच लियाउंदा है रौनक। फ्री रिलीफ पावर, कब्ज तो परेशान होने की हुण जरूरत नहीं है, कब्ज तो छुटकारा पाउण लई आ गया कब्ज हर चूरन। कब्ज हर चूरन नू अपनाओ ते कब्ज तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 9478484087। नंबर एक बार फिर तुसी नोट कर सकते हो 9478484087।